ਕਿ ਡਾਲਰਾਂ ਦੀ ਮਹਿਕ ਨਾ ਗਵਾਚੇ ਪੰਜਾਬੀ, ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ, ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ, ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ, ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ। ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਹਮੇਸ਼ਾ ਦੀ ਤਰ੍ਹਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਕਿ ਥੋੜ੍ਹੀ ਨੱਠ ਭੱਜ ਦੀ ਗੱਲ ਮੈਂ ਰੋਜ਼ ਕਰਦਾ ਹੁਣ ਤਕਰੀਬਨ, ਤਾਂ ਉਹ ਹਜੇ ਚੱਲ ਰਹੀ ਹੈ, ਪਰ ਅਸੀਂ ਕੋਸ਼ਿਸ਼ ਕਰੀਦੀ ਹੈ ਵੀ ਅਸੀਂ ਕਿਤੇ ਵੀ ਬੈਠੇ ਹੋਈਏ ਤਾਂ ਅਸੀਂ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਰੂਬਰੂ ਜ਼ਰੂਰ ਕਰੀਏ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਈਏ। ਨਾਲ ਨਾਲ ਕੋਸ਼ਿਸ਼ ਇਹ ਵੀ ਹੁੰਦੀ ਹੈ ਵੀ ਤੁਹਾਡੀਆਂ ਕਾਲਾਂ ਵੀ ਜਿਹੜੀਆਂ ਉਹ ਜ਼ਰੂਰ ਲਈਏ। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ, ਯੂਨੀਵਰਸਿਟੀ ਆਏ ਸੀਗੇ, ਅੱਜ ਦਾ ਮੁੱਦਾ ਇੱਥੋਂ ਤੁਸੀਂ ਇਸ ਤੋਂ ਪਹਿਲਾਂ ਦੇਖਿਆ, ਅਤੇ ਉਸੇ ਕੜੀ ਨੂੰ ਫਿਰ ਇੱਥੋਂ ਜਾਰੀ ਰੱਖਣ ਵਾਸਤੇ ਮੈਂ ਹਾਜ਼ਰ ਹੋਇਆ। ਪਰ ਨਾਲ ਦੀ ਨਾਲ ਕੋਸ਼ਿਸ਼ ਸਾਡੀ ਇਹ ਹੈ ਕਿ ਕਾਲਾਂ ਜਿਹੜੀਆਂ ਆ ਉਹ ਜ਼ਰੂਰ ਨਾਲ ਤੁਹਾਡੀਆਂ ਲਈਆਂ ਜਾਣ। ਸੋ ਕਾਲਾਂ ਦੇ ਨਾਲ ਨਾਲ ਬਾਕੀ ਅਗਰ ਗੱਲ ਕਰੀਏ ਪ੍ਰੋਗਰਾਮ ਦੀ ਗੱਲ ਕਰੀਏ, ਤਾਂ ਜਦੋਂ ਸਟੂਡੀਓ ਤੋਂ ਬਾਹਰ ਪ੍ਰੋਗਰਾਮ ਕਰੀਦਾ ਤਾਂ ਥੋੜ੍ਹਾ ਬਹੁਤ ਕੋਈ ਨਾ ਕੋਈ ਟੈਕਨੀਕਲ ਖਰਾਬੀ ਜਾਂ ਕੁਛ ਮਾੜਾ ਮੋਟਾ ਇਹ ਹੋ ਜਾਂਦਾ। ਚਲੋ ਇਹ ਖੈਰ ਆਮ ਜ਼ਿੰਦਗੀ ਦੀਆਂ ਗੱਲਾਂ, ਇਹ ਤਾਂ ਮਸ਼ੀਨਾਂ ਨੇ, ਹੋਣ ਵੇਲੇ ਤਾਂ ਪਤਾ ਨਹੀਂ ਬੰਦੇ ਨੂੰ ਜਦੋਂ ਹੋਣਾ ਉਦੋਂ ਮਿੰਟ ਲੱਗਦਾ ਕੁਛ ਹੋਣ ਨੂੰ, ਚੰਗਾ ਹੋਣ ਨੂੰ ਚਾਹੇ ਮਾੜਾ ਹੋਣ ਨੂੰ। ਸੋ ਇਹ ਲਾਈਵ ਸ਼ੋਅ ਜਿਹੜਾ ਅੱਜ ਦਾ ਹੈਗਾ, ਅੱਜ ਮੈਂ ਜਿਹੜਾ ਤੁਹਾਡੇ ਸੁਨੇਹੇ ਸੱਜਣਾਂ ਦੇ ਹੁੰਦੇ ਆ ਮੇਲ ਬਾਕਸ ਦਾ, ਉਹ ਨਹੀਂ ਲੈ ਕੇ ਆਇਆ, ਪਰ ਅੱਜ ਦੀਆਂ ਗੱਲਾਂ ਬਾਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ। ਕਾਲ ਕਰਕੇ ਕੋਸ਼ਿਸ਼ ਇਹ ਵੀ ਕਰਾਂਗੇ ਅਣਜਾਣ ਸਾਹਿਬ ਨਾਲ ਵੀ ਗੱਲਬਾਤ ਕਰੀਏ, ਨਾਲ ਨਾਲ ਤੁਹਾਡੀਆਂ ਕਾਲਾਂ ਵੀ ਅੱਜ ਇੱਥੇ ਯੂਨੀਵਰਸਿਟੀ ਦੇ ਵਿੱਚੋਂ ਲਈਏ, ਇਹ ਵੀ ਸਾਡੀ ਕੋਸ਼ਿਸ਼ ਰਹੇਗੀ। ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਫਿਰ ਇੱਕ ਵਾਰ ਸਾਡੇ ਸਟੂਡੀਓ ਦੀ ਜਾਂ ਤੁਹਾਡੇ ਦਿੱਤੇ ਜਸ ਪੰਜਾਬੀ ਨੂੰ ਪਿਆਰ ਦੀ। ਬਹੁਤ ਸਾਰੇ ਦਰਸ਼ਕ ਸਾਨੂੰ ਫੋਨ ਆਉਂਦੇ ਨੇ, ਸੁਨੇਹੇ ਆਉਂਦੇ ਨੇ, ਬਹੁਤ ਬਹੁਤ ਵਧਾਈਆਂ ਦਿੰਦੇ ਨੇ, ਬਹੁਤ ਬਹੁਤ ਸਾਨੂੰ ਆਸ਼ੀਰਵਾਦ ਦਿੰਦੇ ਨੇ, ਪੰਜਾਬੀ ਲਗਭਗ ਪੂਰੀ ਦੁਨੀਆ ਦੇ ਵਿੱਚੋਂ ਹੀ, ਬੇਸ਼ੱਕ ਕੈਲੀਫੋਰਨੀਆ ਦੇ ਵਿੱਚੋਂ ਹੀ ਨਹੀਂ। ਅਸੀਂ ਗੱਲ ਕਰੀਏ ਸਟੂਡੀਓ ਦੀ, ਇਸ ਦੀ ਕੋਸ਼ਿਸ਼ ਜਿਹੜੀ ਹੈ ਸਾਡੀ, ਜਿਹਦੀ ਅਸੀਂ ਗੱਲ ਕਰਦੇ ਹਾਂ 6 ਮਾਰਚ ਨੂੰ ਜਿਹਦੀ ਗ੍ਰੈਂਡ ਓਪਨਿੰਗ ਹੋਣੀ ਆ, ਉਹਦੀ ਕੋਸ਼ਿਸ਼ ਲਗਭਗ ਜਦੋਂ ਦਾ ਨਿਊਯਾਰਕ ਦੇ ਵਿੱਚ ਕੰਮ ਸ਼ੁਰੂ ਕੀਤਾ, ਸਟੂਡੀਓ ਸ਼ੁਰੂ ਕੀਤਾ, ਅਤੇ ਪੈਨੀ ਕੇ ਸੰਧੂ ਜੀ, ਪੈਨੀ ਕੌਰ ਸੰਧੂ ਉਦੋਂ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਸਾਡਾ ਬੇਸ ਹੋਵੇ, ਸਟੂਡੀਓ ਹੋਵੇ, ਉੱਥੋਂ ਅਸੀਂ ਕਮਿਊਨਿਟੀ ਦੇ ਵਿੱਚ ਵਿਚਰ ਕੇ ਅਤੇ ਕਮਿਊਨਿਟੀ ਦੀ ਕੋਈ ਵੀ ਗੱਲਬਾਤ ਆ, ਕੋਈ ਖਬਰਸਾਰ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਪਹੁੰਚਾਈਏ। ਪਰ ਸਿਆਣੇ ਕਹਿੰਦੇ ਆ ਵੀ ਜੋ ਹੋਣਾ ਹੁੰਦਾ ਜਦੋਂ ਉਦੋਂ ਹੀ ਹੁੰਦਾ, ਅਤੇ ਉਹ ਜਦੋਂ ਹੋਣਾ ਤਾਂ ਉਹ ਹੁਣ ਹੋ ਗਿਆ। ਉਹਦੇ ਵਾਸਤੇ ਅਸੀਂ ਜਿੱਥੇ ਰੱਬ ਦਾ ਬਹੁਤ ਬਹੁਤ ਸ਼ੁਕਰ ਕਰਦੇ, ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਇੰਨੀ ਸਮੱਤ ਬਖਸ਼ੀ, ਸਾਨੂੰ ਇੰਨਾ ਬਲ ਬਖਸ਼ਿਆ ਕਿ ਅਸੀਂ ਜਿਹੜਾ ਇਹ ਸਟੂਡੀਓ ਤੁਹਾਡੇ ਤੱਕ ਲੈ ਕੇ ਆਏ ਹਾਂ। ਅਤੇ ਨਾਲ ਨਾਲ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਸਭ ਦਾ ਵੀ ਕਰਦੇ ਹਾਂ, ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਕਰਦੇ ਹਾਂ। ਖਾਸ ਤੌਰ 'ਤੇ ਹੁਣ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਵਿੱਚ ਵੱਸਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਹੱਲਾਸ਼ੇਰੀ ਸਦਕਾ। ਇੱਕ ਸਿਆਣੇ ਕਹਿੰਦੇ ਨਾ ਵੀ ਜਦੋਂ ਕੋਈ ਬੰਦਾ ਕਬੱਡੀ ਪਾਉਂਦਾ, ਕਬੱਡੀ ਦਾ ਖਿਡਾਰੀ, ਤਾਂ ਬਾਹਰਲਿਆਂ ਦਾ ਜ਼ੋਰ ਜ਼ਿਆਦਾ ਲੱਗਦਾ ਜਦੋਂ ਕਿਸੇ ਨੇ ਨੰਬਰ ਲੈਣਾ ਹੁੰਦਾ। ਕਬੱਡੀ ਵਾਲਾ ਖਿਡਾਰੀ ਤਾਂ ਆਪਣਾ ਨੋਰਮਲ ਕਬੱਡੀ ਪਾ ਕੇ ਅਤੇ ਰੇਡ ਪਾ ਕੇ ਅਤੇ ਚੱਲ ਜਾਂਦਾ, ਪਰ ਜਿਹੜੇ ਬਾਹਰ ਬੈਠੇ ਹੁੰਦੇ ਆ ਉਹ ਜਦੋਂ ਜੱਫਾ ਪਿਆ ਹੁੰਦਾ ਕਬੱਡੀ ਦੇ ਖਿਡਾਰੀ ਨੂੰ, ਤਾਂ ਉਹਨਾਂ ਦਾ ਜ਼ੋਰ ਬਹੁਤ ਲੱਗਦਾ ਅਤੇ ਕਈ ਵਾਰੀ ਜ਼ੋਰ ਲਾ ਲਾ ਕੇ ਨਾਲ ਦੇ ਨੂੰ ਵੀ ਸਿੱਟ ਦਿੰਦੇ ਆ। ਪਰ ਸਾਡੀ ਜੇ ਗੱਲ ਕਰੀਏ ਜਸ ਪੰਜਾਬੀ ਦੀ, ਸਾਡੇ ਵਿੱਚ ਸਾਡੇ ਜਿਹੜੇ ਬਾਹਰਲੇ ਸਾਡੇ ਪੰਜਾਬੀ ਨੇ, ਜਿਹੜੇ ਸਟੂਡੀਓ ਵਿੱਚ ਕੰਮ ਨਹੀਂ ਕਰਦੇ ਜਾਂ ਜਿਨ੍ਹਾਂ ਦਾ ਜਸ ਪੰਜਾਬੀ ਦੇ ਨਾਲ ਉੱਦਾਂ ਕੋਈ ਵਾਹ ਵਾਸਤਾ ਨਹੀਂ ਹੈਗਾ ਔਨ ਏਅਰ, ਲੇਕਿਨ ਸਾਡੇ ਦਰਸ਼ਕ ਹੈਗੇ ਨੇ, ਉਹਨਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ, ਉਹਨਾਂ ਨੇ ਇੰਨੀ ਹੱਲਾਸ਼ੇਰੀ ਦਿੱਤੀ, ਜਾਂ ਇਉਂ ਕਹਿ ਲਈਏ ਕਿ ਇਸ ਸਟੂਡੀਓ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਬਾਹਰਲੇ ਸਾਡੇ ਜਿਹੜੇ ਜਿੰਨੇ ਵੀ ਪੰਜਾਬੀ ਬੈਠੇ ਨੇ ਬਾਹਰਲੇ ਮੁਲਕਾਂ ਦੇ ਵਿੱਚ, ਉਹਨਾਂ ਦਾ ਜ਼ੋਰ ਸਾਡੇ ਨਾਲੋਂ ਜ਼ਿਆਦਾ ਲੱਗਾ ਹੈ। ਅਸੀਂ ਤਾਂ ਆਪਣਾ ਕੰਮ ਕਰੀ ਜਾਂਦੇ ਹਾਂ, ਪਰ ਅਗਰ ਇਹ ਹੱਲਾਸ਼ੇਰੀ ਤੁਹਾਡੀ ਨਾ ਹੁੰਦੀ ਤਾਂ ਸਟੂਡੀਓ ਅੱਜ ਇਹ ਖੜਾ ਨਹੀਂ ਹੁੰਦਾ। ਸੋ ਅਸੀਂ ਜੇ ਗੱਲ ਕਰੀਏ ਤਾਂ 6 ਮਾਰਚ ਨੂੰ ਇਹਦੀ ਗ੍ਰੈਂਡ ਓਪਨਿੰਗ ਹੈਗੀ ਹੈ, 1 ਮਾਰਚ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਇਹਦੀ ਆਰੰਭਤਾ ਬਕਾਇਦਾ ਜਿਹੜੀ ਕਰ ਦੇਵਾਂਗੇ। ਐਤਵਾਰ ਪੈਂਦਾ, ਲੈਥਰੋਪ ਦੇ ਵਿੱਚ ਸਟੂਡੀਓ ਆ ਸਾਡੇ। ਬਹੁਤ ਸਾਰੇ ਸਾਨੂੰ ਦਰਸ਼ਕਾਂ ਦੇ ਫੋਨ ਆਉਂਦੇ ਨੇ ਕਿ ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਅਸੀਂ ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਅਤੇ ਜੀ ਸਦਕੇ ਜੀ ਮੋਸਟ ਵੈਲਕਮ, ਅਸੀਂ ਸਭ ਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਗੱਲਬਾਤ ਕਰੀਦੀ ਆ ਜਿਹੜੇ ਸਾਡੇ ਸੋਸ਼ਲ ਵਿਸ਼ੇ ਹੁੰਦੇ ਆ। ਸੋਸ਼ਲ ਵਿਸ਼ਿਆਂ ਦੇ ਵਿੱਚ ਫਿਰ ਗੱਲ ਆ ਜਾਂਦੀ ਹੈ, ਪਤੀ ਪਤਨੀ ਦੀ ਜ਼ਿਆਦਾਤਰ ਗੱਲ ਆਉਂਦੀ ਆ। ਪਤੀ ਪਤਨੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਜੋਕ ਜਿਹੜੇ ਨੇ, ਬਹੁਤ ਸਾਰੇ ਗੱਲਾਂ ਬਾਤਾਂ ਜਿਹੜੀਆਂ ਮੱਲੋ ਮੱਲੀ ਅੱਖਾਂ ਸਾਹਮਣੇ ਘੁੰਮ ਜਾਂਦੀਆਂ। ਇੱਕ ਗੱਲ ਕਰਦੇ ਹਾਂ ਅੱਜ ਕਿ ਸ਼ੱਕ ਕਰਨ ਦੀ ਅਕਸਰ ਆਦਤ ਸਿਰਫ ਪਤਨੀਆਂ ਨੂੰ ਹੀ ਹੁੰਦੀ, ਬਹੁਤ ਸਾਰੇ ਪਤੀਆਂ ਨੂੰ ਵੀ ਹੁੰਦੀ ਹੈ। ਸੋ ਇਸ ਸ਼ੱਕ ਕਰਕੇ ਵਿੱਚੋਂ ਗੱਲ ਕਈ ਵਾਰੀ ਕੁਛ ਵੀ ਨਹੀਂ ਹੁੰਦੀ, ਲੇਕਿਨ ਸ਼ੱਕ ਇਸ ਹੱਦ ਤੱਕ ਪਹੁੰਚ ਜਾਂਦਾ ਕਿ ਜਿਵੇਂ ਨਾ ਜੀ ਕਹਿੰਦੇ
ਸੌਣ ਦੇ ਅੰਨੇ ਨੂੰ ਸਾਰਾ ਕੁਝ ਹਾਰਾ ਹੀ ਦਿਸਦਾ ਹੈ। ਜਦੋਂ ਇੱਕ ਵਾਰੀ ਸ਼ੱਕ ਪੈਦਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹਨੂੰ ਧੋਣਾ ਬਹੁਤ ਔਖਾ ਹੋ ਜਾਂਦਾ। ਸ਼ੱਕ ਦੀ ਅਗਰ ਗੱਲ ਕਰੀਏ, ਪਤਨੀਆਂ ਦੀ ਗੱਲ ਕਰੀਏ ਤਾਂ ਪਤਨੀਆਂ ਸ਼ੱਕ ਕਰਦੀਆਂ ਨੇ ਅਕਸਰ ਦੇਖਿਆ। ਬਹੁਤ ਸਾਰੀਆਂ ਪਤਨੀਆਂ ਨੂੰ ਜ਼ਿਆਦਾ ਸ਼ੱਕ ਕਰਨ ਦੀ ਆਦਤ ਹੁੰਦੀ, ਬਿਨਾਂ ਵਜ੍ਹਾ ਸ਼ੱਕ ਕਰਨ ਦੀ ਆਦਤ ਹੁੰਦੀ, ਪਰ ਬਹੁਤ ਸਾਰੀਆਂ ਜਿਹੜੀਆਂ ਹੈਗੇ ਨੇ ਉਹ ਸੱਚੀਆਂ ਵੀ ਵਿਚਾਰੀਆਂ ਸ਼ੱਕ ਕਰਦੀਆਂ ਨੇ। ਵੈਸੇ ਆਮ ਤੌਰ 'ਤੇ ਅਸੀਂ ਹੁਣ ਪੰਜਾਬ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਜਦੋਂ ਬੰਦਾ ਘਰੋਂ ਕੰਮ 'ਤੇ ਜਾਂਦਾ ਅਤੇ ਰਾਹ ਦੇ ਵਿੱਚ ਅਜੇ 15 ਮਿੰਟ ਗਿਆ ਨੂੰ ਤੁਰਿਆਂ ਨੂੰ ਹੋਏ ਹੁੰਦੇ ਆ, ਇੱਥੇ ਵੀ ਇਹੀ ਹਾਲ ਹੋਏਗਾ। ਪਤਾ ਵੀ ਘੰਟੇ ਦੀ ਵਾਟ ਹੈਗੀ ਹੈ, ਮੈਂ ਹੁਣ ਸੈਕਰਾਮੈਂਟੋ ਤੋਂ ਲੈਥਰਾ ਪਾਉਣਾ ਤਾਂ ਘੰਟੇ ਦੀ ਵਾਟ ਹੈਗੀ ਆ, ਪਰ ਇਹ ਆਦਤ ਬਣ ਜਾਂਦੀ ਆ ਵੀ ਫੋਨ ਜਿਹੜਾ 15 ਮਿੰਟ ਬਾਅਦ ਆਉਣਾ, ਹਾਂਜੀ ਕਿੱਥੇ ਪਹੁੰਚ ਗਿਆ। ਬੰਦਾ ਕਹਿੰਦਾ ਵੀ ਜੇ ਜਾ 15 ਮਿੰਟ 'ਚ ਮੈਂ ਕਿੱਥੇ ਪਹੁੰਚ ਸਕਦਾ, ਤੂੰ ਆਪ ਅੰਦਾਜ਼ਾ ਲਾ ਲਾ ਵੀ ਜਾ ਰਿਹਾ ਹਾਂ। ਨਾਲ ਦੀ ਨਾਲ ਇੱਕ ਸਵਾਲ ਜ਼ਰੂਰ ਹੁੰਦਾ ਤਕਰੀਬਨ ਦਾ ਕੋਈ ਹੇਰ ਪਤਨੀ ਦਾ ਵੀ ਲੱਗਦੇ ਤਾਂ ਹੈ ਨਹੀਂ। ਬੰਦਾ ਕਈ ਵਾਰੀ ਮਰਗ 'ਤੇ ਗਿਆ ਹੁੰਦਾ, ਸੰਸਕਾਰ 'ਤੇ ਕਿਸੇ ਦੇ ਗਿਆ ਹੁੰਦਾ, ਅਤੇ ਉੱਥੇ ਵੀ ਫੋਨ ਆਉਂਦਾ। ਅੱਜ ਕੱਲ੍ਹ ਤਾਂ ਚਲੋ ਹੁਣ ਸਮਾਂ ਚੇਂਜ ਹੋ ਗਿਆ, ਫਟਾਫਟ ਲੋਕੇਸ਼ਨ ਚੈੱਕ ਕਰ ਲੈਂਦਾ, ਪਤੀ ਹੋਵੇ ਚਾਹੇ ਪਤਨੀ ਹੋਵੇ ਵੀ ਕਿੱਥੇ ਪਹੁੰਚੀ, ਕਿਹੜੇ ਮੌਲ ਦੇ ਵਿੱਚ ਘੁੰਮ ਰਹੀ ਹੈ ਜਾਂ ਕਿਹੜੇ ਮੌਲ ਦੇ ਵਿੱਚ ਘੁੰਮ ਰਿਹਾ। ਪਹਿਲੇ ਸਮੇਂ ਦੀ ਗੱਲ ਕਰੀਏ, ਥੋੜ੍ਹੇ ਜਿਹੇ ਪਿੱਛੇ ਦੀ ਗੱਲ ਕਰੀਏ, ਤਾਂ ਉਦੋਂ ਫਿਰ ਫੋਨ ਹੀ ਆਉਂਦਾ ਹੁੰਦਾ ਸੀ ਕਿੱਥੇ ਹੋ। ਬੰਦਾ ਕਹਿੰਦਾ ਵੀ ਮੈਂ ਭਗਵਾਨ ਨੇ ਤੈਨੂੰ ਦੱਸ ਕੇ ਆਇਆ ਸੀ ਕਿ ਮੈਂ ਕਿਸੇ ਮਰਗ 'ਤੇ ਚੱਲਿਆ ਅਤੇ ਮੈਂ ਉਹ ਸੰਸਕਾਰ 'ਤੇ ਆਇਆ ਹੋਇਆ। ਅੱਗਿਓਂ ਇਹੀ ਸਵਾਲ ਹੁੰਦਾ ਵੀ ਲੱਗਦੇ ਤਾਂ ਹੈ ਨਹੀਂ। ਹੁਣ ਬੰਦਾ ਕਹਿੰਦਾ ਵੀ ਹੁਣ ਮੈਂ ਕੀ ਮੁਰਦੇ ਨਾਲ ਤੇਰੀ ਗੱਲ ਕਰਾ ਦੇਵਾਂ ਜਾਂ ਕੀ ਕਰਾਂ। ਸੋ ਇਹ ਚੀਜ਼ਾਂ ਸ਼ੱਕ ਵਾਲੀਆਂ ਹੈਗੀਆਂ, ਪਰ ਬਹੁਤ ਸਾਰੇ ਜਿਹੜੇ ਸ਼ੱਕ ਜਨਾਨੀਆਂ ਸੱਚਾ ਵੀ ਕਰਦੀਆਂ ਨੇ। ਬਹੁਤ ਸਾਰੇ ਬੰਦੇ ਐਸੇ ਨੇ ਜਿਹੜੇ ਕਈ ਕੁਛ ਹੀ ਮਤਲਬ ਗੱਲਾਂ ਬਾਤਾਂ ਕਰ ਜਾਂਦੇ ਨੇ ਕਿ ਮਤਲਬ ਘਰ ਦੱਸਣਾ ਕੁਛ ਹੋਰ, ਬਾਹਰ ਕੁਛ ਹੋਰ, ਤੋਂ ਮੱਲੋ ਮੱਲੀ ਸ਼ੱਕ ਪੈਦਾ ਹੋਣਾ ਸੁਭਾਵਿਕ ਜਿਹੀ ਗੱਲ ਹੁੰਦੀ ਆ। ਇੱਕ ਵਾਰੀ ਕਹਿੰਦੇ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਪਤੀ ਜਿਹੜਾ ਸੀ ਉਹ ਆਪਣੀ ਕਿਸੇ ਗਰਲਫ੍ਰੈਂਡ ਨਾਲ ਬੈਠਾ ਖਾਣਾ ਖੁਣਾ ਖਾ ਰਿਹਾ ਸੀਗਾ। ਪਤੀ ਤੋਂ ਭਾਵੇਂ ਵੀ ਪਹਿਲਾਂ ਵਿਆਹਿਆ ਹੋਇਆ ਵੀ ਨਾਲ ਗਰਲਫ੍ਰੈਂਡ ਬਣਾਈ ਹੋਈ ਆ, ਪਰ ਘਰ ਵਾਲੀ ਗਰਲਫ੍ਰੈਂਡ ਕਦੇ ਹੋ ਨਹੀਂ ਸਕਦੀ, ਇਹ ਗੱਲ ਪੱਕੀ ਹੈ। ਨਾਲੇ ਵੀ ਉੱਦਾਂ ਕਹਿੰਦੇ ਵੀ ਜਿਹਦੀ ਅਕਲ ਮਿਲਦੀ ਹੋਵੇ ਦੋ ਬੰਦਿਆਂ ਦੀ ਤਾਂ ਉਹਨਾਂ ਨੂੰ ਦੋਸਤ ਕਹਿੰਦੇ ਨੇ, ਜਿਨ੍ਹਾਂ ਦੀ ਸ਼ਕਲ ਮਿਲਦੀ ਹੋਵੇ ਦੋ ਬੰਦਿਆਂ ਦੀ ਉਹਨਾਂ ਨੂੰ ਭੈਣ ਭਰਾ ਕਹਿੰਦੇ ਨੇ, ਅਤੇ ਜਿਨ੍ਹਾਂ ਦੀ ਨਾ ਸ਼ਕਲ ਮਿਲਦੀ ਹੋਵੇ ਨਾ ਅਕਲ ਮਿਲਦੀ ਹੋਵੇ ਤਾਂ ਉਹਨਾਂ ਨੂੰ ਪਤੀ ਪਤਨੀ ਕਹਿੰਦੇ ਨੇ। ਮੈਂ ਗੱਲ ਕਰ ਰਿਹਾ ਸੀ ਕਿ ਪਤੀ ਕਿਸੇ ਰੈਸਟੋਰੈਂਟ 'ਚ ਬੈਠਾ ਆਪਣੀ ਗਰਲਫ੍ਰੈਂਡ ਦੇ ਨਾਲ ਕਰ ਰਿਹਾ ਸੀਗਾ, ਡਿਨਰ ਡੁਨਰ ਕਰ ਰਿਹਾ ਸੀ, ਅਤੇ ਉਹਦੀ ਪਤਨੀ ਦਾ ਫੋਨ ਆਇਆ ਵੀ ਹੈਲੋ ਹਾਂਜੀ ਕਿੱਥੇ ਹੋ। ਕਹਿੰਦਾ ਮੈਂ ਆਪਣੇ ਬੌਸ ਦੇ ਨਾਲ ਹੈਗਾ, ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਜੇ ਕੋਈ ਜ਼ਰੂਰੀ ਗੱਲ ਹੈ ਤਾਂ ਦੱਸ, ਨਹੀਂ ਤਾਂ ਫਿਰ ਬਾਅਦ 'ਚ ਫੋਨ ਕਰ ਲਈ। ਉਹ ਕਹਿੰਦੀ ਵੀ ਜ਼ਰੂਰੀ ਗੱਲ ਕੋਈ ਨਹੀਂ, ਮੈਂ ਵੀ ਇਸੇ ਰੈਸਟੋਰੈਂਟ ਦੇ ਵਿੱਚ ਤੁਹਾਡੇ ਤੋਂ 3-4 ਟੇਬਲਾਂ ਪਿੱਛੇ ਬੈਠੀ ਹਾਂ, ਨਾਲ ਮੇਰੇ ਨਿਆਣੇ ਆ, ਨਿਆਣੇ ਇਹ ਪੁੱਛਦੇ ਨੇ ਵੀ ਭਾਪੇ ਨਾਲ ਭੂਆ ਕਿਹੜੀ ਹੈ, ਦੱਸੋ ਕਿਹੜੀ ਦੱਸਾਂ, ਮੋਗੇ ਵਾਲੀ ਦੱਸਾਂ, ਖੰਨੇ ਵਾਲੀ ਦੱਸਾਂ। ਅਤੇ ਉਦੋਂ ਬੰਦੇ ਦਾ ਕੀ ਹਾਲ ਹੋਇਆ ਹੋਊਗਾ ਉਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਇੱਦਾਂ ਹੀ ਇੱਕ ਹੋਰ ਬੰਦਾ ਬੜਾ ਵਧੀਆ ਜੋਕ ਮੈਨੂੰ ਲੱਗਿਆ, ਉਹ ਇਹੋ ਜਿਹੇ ਪਤੀਆਂ 'ਤੇ ਜਿਹੜੇ ਪਤੀ ਇੱਦਾਂ ਕਰਦੇ ਨੇ। ਉਹ ਕਹਿੰਦੇ ਜੀ ਕੋਈ ਬੰਦੇ ਅੱਜ ਕੱਲ੍ਹ IT ਦਾ ਕੰਮ ਕਰਦੇ ਨੇ, ਘਰ ਹੀ ਕੰਮ ਕਰਦੇ ਤਕਰੀਬਨ, ਕੰਪਿਊਟਰ 'ਤੇ ਬੈਠੇ IT ਦਾ ਕੰਮ ਕੀਤਾ ਸਾਰਾ, ਘਰੋਂ ਕੰਮ ਚਲਾਉਂਦੇ ਨੇ, ਘਰੋਂ ਵੱਡੇ ਵੱਡੇ ਬਿਜ਼ਨਸ ਚਲਾਉਂਦੇ ਨੇ, ਅਤੇ ਦਫ਼ਤਰ ਵੈਸੇ ਬਣਾਏ ਹੋਏ ਨੇ ਮਿਲਣ ਗਿਣ ਵਾਸਤੇ ਲੋਕਾਂ ਨੂੰ। ਅਤੇ ਉਹ ਬੰਦਾ ਕੋਈ ਘਰੋਂ ਹੀ ਕੰਮ ਚਲਾਉਂਦਾ ਸੀ, ਪਰ ਫਿਰ ਵੀ ਜਾਂਦਾ ਸੀ ਬਾਹਰ ਕਿ ਮੈਂ ਆਫਿਸ ਦੇ ਕੰਮ ਚੱਲਿਆ। ਤਾਂ ਉਹਦੀ ਪਤਨੀ ਨੂੰ ਸ਼ੱਕ ਸੀਗਾ ਵੀ ਜਦੋਂ ਇਹ ਆਫਿਸ ਦੇ ਕੰਮ ਕਹਿੰਦਾ, ਆਫਿਸ ਦੇ ਕੰਮ ਕਿਤੇ ਨਹੀਂ ਜਾਂਦਾ, ਇਹ ਕਿਤੇ ਨਾ ਕਿਤੇ ਦੂਜੀ ਜਗ੍ਹਾ ਜਾਂਦਾ। ਤਾਂ ਉਹ ਜੀ ਸ਼ੱਕ ਸੀਗਾ, ਇੱਦਾਂ ਹੁਣ ਕੀ ਕਰ ਸਕਦੀ ਸੀ, ਤੂੰ ਕਿਤੇ ਪਤਨੀ 2-4 ਦਿਨ ਲਈ ਕਿਤੇ ਆਪਦੇ ਪੇਕੇ ਚਲ ਗਈ, ਕਿਤੇ ਹੋਰ ਚਲ ਗਈ 2-4 ਦਿਨ ਲਈ, ਤਾਂ ਉੱਥੋਂ ਫੋਨ ਉਹਨੇ ਕਰਨਾ, ਕਿਉਂਕਿ ਸ਼ੱਕ ਸੀ ਦਿਮਾਗ ਦੇ ਵਿੱਚ। ਸ਼ੱਕ ਦੀ ਗੱਲ ਆਪਾਂ ਕਰਦੇ, ਸ਼ੱਕ ਦਿਮਾਗ ਦੇ ਵਿੱਚ ਸੀ ਫੋਨ ਕਰਨਾ ਜਾਣੂ ਕਹਾਂ ਹੋ। ਉਹਨੇ ਕਹਿਣਾ ਵੀ ਮੈਂ ਘਰ ਹੀ ਹਾਂ, ਤੈਨੂੰ ਪਤਾ ਮੈਂ ਘਰੋਂ ਕੰਮ ਕਦਮ ਕਰ ਰਹੀ ਹਾਂ। ਕਹਿੰਦੀ ਵੀ ਲੱਗਦੇ ਤਾਂ ਹੈ ਨਹੀਂ ਆ, ਲੱਗਦੇ ਤਾਂ ਹੈ ਨਹੀਂ ਘਰੇ, ਉਹ ਕਹਿੰਦਾ ਮੈਂ ਘਰ ਹੀ ਹਾਂ। ਜਦੋਂ ਇੱਕ ਦੀ ਵੀ ਲੱਗਦੇ ਤਾਂ ਹੈ ਨਹੀਂ, ਕਹਿੰਦੀ ਵੀ ਤੁਸੀਂ ਐਂ ਕਰੋ, ਫਿਰ ਤੂੰ ਰਸੋਈ 'ਚ ਜਾਓ ਅਤੇ ਰਸੋਈ ਦੇ ਵਿੱਚ ਮਿਕਸਰ ਗ੍ਰਾਈਂਡਰ ਪਿਆ ਆ, ਤਾਂ ਉਹ ਚਲਾ ਕੇ ਦਿਖਾਓ ਮੈਂ, ਤਾਂ ਕਿ ਮੈਨੂੰ ਪਤਾ ਲੱਗ ਜੂ ਤੁਸੀਂ ਘਰੇ ਹੋ। ਉਹ ਗਿਆ, ਉਹਨੇ ਗਿਆ ਮਿਕਸਰ ਗ੍ਰਾਈਂਡਰ ਲਾਇਆ, ਗਰਰ ਦੀ ਆਵਾਜ਼ ਆਈ, ਕਹਿੰਦੀ ਓਕੇ ਓਕੇ ਜਾਨੂੰ। ਮੈਂ ਐਵੇਂ ਸ਼ੱਕ ਕਰਦੀ ਸੀ, 2-3 ਦਿਨ ਇੱਦਾਂ ਲੰਘ ਗਏ, ਮਿਕਸਰ ਗ੍ਰਾਈਂਡਰ ਚੱਲਦਾ ਰਿਹਾ, ਆਵਾਜ਼ ਆਉਂਦੀ ਰਹੀ, ਕੰਮ ਖਤਮ ਹੁੰਦਾ ਰਿਹਾ। ਉਸ ਤੋਂ ਬਾਅਦ ਇੱਕ ਦਿਨ ਪਤਨੀ ਨੇ ਸੋਚਿਆ ਵੀ ਮੈਂ ਸਰਪ੍ਰਾਈਜ਼ ਦੇਵਾਂ ਆਪਣੇ ਪਤੀ ਨੂੰ ਇੱਕਦਮ ਜਾ ਕੇ। ਸਰਪ੍ਰਾਈਜ਼ ਦੇਣ ਵਾਸਤੇ ਦੁਪਹਿਰੇ ਜੇ 3 ਵਜੇ ਘਰੇ ਆ ਗਈ, ਘਰੇ ਆ ਕੇ ਬੈੱਲ ਮਾਰੀ ਤਾਂ ਵੱਡੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ, ਤਾਂ ਮੈਡਮ ਨੇ ਪੁੱਛਿਆ ਆਪਣੇ ਵੱਡੇ ਮੁੰਡੇ ਨੂੰ ਵੀ ਪਾਪਾ ਕਿੱਥੇ ਹੈ, ਡੈਡੀ ਕਿੱਥੇ ਤੇਰੇ। ਉਹ ਕਹਿੰਦਾ ਜੀ ਉਹ ਤਾਂ ਪਤਾ ਨਹੀਂ, ਉਹ ਤਾਂ 3-4 ਦਿਨ ਹੋ ਗਏ ਜਿੱਦਣ ਦੇ ਤੁਸੀਂ ਮੰਮਾ ਗਏ ਹੋ, ਉੱਦਣ ਦੀ ਉਹ ਮਿਕਸਰ ਗ੍ਰਾਈਂਡਰ ਲੈ ਕੇ ਚੱਲ ਜਾਂਦੇ ਆ, ਜਾਂਦੇ ਪਤਾ ਨਹੀਂ ਕਿੱਥੇ, ਪਤਾ ਨਹੀਂ ਠੀਕ ਕਰਾਉਣ ਜਾਂਦੇ ਜਾਂ ਕਿੱਥੇ ਜਾਂਦੇ ਆ। ਇਹ ਹਿਸਾਬ ਲਾ ਲਓ ਵੀ ਉਸ ਤੋਂ ਬਾਅਦ ਜਨਾਨੀਆਂ ਦਾ ਸ਼ੱਕ ਕਰਨਾ ਬਣਦਾ ਕਿ ਨਹੀਂ ਬਣਦਾ। ਸੋ ਇਹ ਗੱਲਾਂ ਬਾਤਾਂ ਸ਼ੱਕ ਵਾਲੀਆਂ ਹੈਗੀਆਂ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਤੁਹਾਨੂੰ ਦੱਸਿਆ, ਮੈਂ ਜਿਵੇਂ ਯੂਨੀਵਰਸਿਟੀ ਤੋਂ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ,
ਔਰ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਇੱਥੋਂ ਤੁਹਾਡੀਆਂ ਕਾਲਾਂ ਵੀ ਲਈਏ, ਅੰਜਾਨ ਸਾਹਿਬ ਨੂੰ ਵੀ ਫੋਨ 'ਤੇ ਲਈਏ, ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਦੇਖਦੇ ਰਹੋ ਜਸ ਪੰਜਾਬੀ। ਇਸ ਤੋਂ ਬਾਅਦ ਹਾਜ਼ਰ ਹੈ ਜੀ ਪ੍ਰੋਗਰਾਮ ਲਾਈਵ ਲੈ ਕੇ, ਔਰ ਅੱਜ ਦਾ ਪ੍ਰੋਗਰਾਮ ਅਸੀਂ ਸਟੂਡੀਓ ਤੋਂ ਬਾਹਰ ਕਰ ਰਹੇ ਹਾਂ ਯੂਨੀਵਰਸਿਟੀ ਦੇ ਵਿੱਚੋਂ, ਪਰ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਅਰਜਨ ਸਿੰਘ ਅੰਜਾਨ ਸਾਹਿਬ ਨਾਲ ਥੋੜ੍ਹੀ ਦੇਰ ਵਾਸਤੇ। ਉਸ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਅਤੇ ਗੱਲ ਆਪਾਂ ਕਰਨੀ ਹੈ ਸ਼ੱਕ 'ਤੇ, ਵੀ ਸ਼ੱਕ ਕਿੰਨਾ ਕੁ ਘਾਤਕ ਸਿੱਧ ਹੋ ਸਕਦਾ ਜਾਂ ਕਿਤੇ ਹੋਇਆ ਹੋਵੇ ਤਾਂ। ਹੈਲੋ ਹੈਲੋ, ਹਾਂਜੀ ਅੰਜਾਨ ਸਾਹਿਬ ਪੈਰ ਪੈਣਾ ਜੀ। ਹੈਲੋ ਹੈਲੋ, ਹਾਂਜੀ ਅੰਜਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਾਗਤ ਜੀ ਬਹੁਤ ਬਹੁਤ। ਹਾਂਜੀ ਕੀ ਹਾਲ ਚਾਲ, ਸਿਹਤ ਠੀਕ ਨਾ ਜੀ? ਹਾਂਜੀ ਹਾਂਜੀ, ਇਹ ਤਾਂ ਸਾਡਾ ਸਟੂਡੀਓ ਦਾ ਵਿੱਚ ਸੀਗਾ ਅੱਜ ਇੱਧਰ, ਇਹ ਹੁੰਦੇ ਜਿੱਦਾਂ ਕਈ ਵਾਰੀ ਪੇਡ ਪ੍ਰੋਗਰਾਮ ਹੁੰਦੇ ਆ, ਫਿਰ ਉੱਥੇ ਸਾਰਾ ਕੁਛ ਲੈ ਕੇ ਚੱਲ ਜਾਈਦਾ ਅਤੇ ਉੱਥੇ ਪ੍ਰੋਗਰਾਮ ਪੇਸ਼ ਕਰੀਦੇ ਸਾਰੇ। ਥੈਂਕ ਯੂ ਜੀ, ਥੈਂਕ ਯੂ। ਬਾਕੀ ਸਟੂਡੀਓ ਵਾਸਤੇ ਜ਼ਰੂਰ ਸਭ ਦਾ ਆਸ਼ੀਰਵਾਦ ਚਾਹੀਦਾ, ਸਭ ਸ਼ੁਭਕਾਮਨਾਵਾਂ ਵੀ ਪਰਮਾਤਮਾ ਮਿਹਰ ਕਰੇ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਵਿੱਚ ਜਦੋਂ ਕੋਈ ਮਾੜਾ ਮੋਟਾ ਕੰਮ ਅਸੀਂ ਕਰਦੇ ਹਾਂ ਤਾਂ ਵਿੱਚ ਲੱਤਾਂ ਖਿੱਚਣ ਵਾਲੇ ਵੀ ਕਾਫੀ ਆ ਜਾਂਦੇ ਆ। ਹਾਂਜੀ ਜੀ, ਕੀ ਅੱਜ ਸਾਡੇ ਦਰਸ਼ਕਾਂ ਵਾਸਤੇ ਜੀ ਖਾਸ? ਸਭ ਤੋਂ ਪਹਿਲਾਂ ਤੇ ਜੱਗੀ ਸਾਹਿਬ ਜੀ ਆਪ ਤੇ ਆਪਣੇ ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਥੈਂਕ ਯੂ। ਤੇ ਅੱਜ ਧਾਰਮਿਕ ਨਹੀਂ ਜੀ, ਅੱਜ ਸਮਾਜੀ ਚਲਦੀ ਦਾ ਵਿਚਾਰ ਹੈ। ਬਹੁਤ ਚੰਗੀ ਗੱਲ ਹੈ ਜੀ ਸਰ, ਵਧੀਆ ਸਰ। ਜਿਸ ਤਨ ਲੱਗੇ ਸੋਈ ਜਾਣੇ ਜੀ, ਕੌਣ ਜਾਣੇ ਪੀਏ ਪਰੇ ਜੀ। ਬਿਲਕੁਲ, ਜਦੋਂ ਅੰਗਰੇਜ਼ ਭਾਰਤ ਦੇ ਰਾਜਕਾਰ ਇਹਦਾ ਕਾਇਮ ਹੋ ਗਿਆ ਆਪਣੇ ਜੀ, ਤੇ ਉਹਨਾਂ ਨੇ ਜੀ ਇਸ ਜਨਤਾ ਨੂੰ ਚੰਗੀ ਤਰ੍ਹਾਂ ਸੰਭਾਲਣ ਲਈ ਤੇ ਕਾਰੇ ਲਾਉਣ ਲਈ ਇਹ ਐਲਾਨ ਕੀਤਾ ਸੀਗਾ ਜੀ, ਇੱਕ ਜੋੜੇ ਨੂੰ ਜੀ ਅਸੀਂ ਮੁਰੱਬਾ ਜ਼ਮੀਨ ਦਾ ਦਿਆਂਗੇ ਤੇ ਸਾਲ ਭਰ ਦਾ ਫਰੀ ਖਰਚਾ ਦਿਆਂਗੇ। ਅੱਛਾ ਜੀ। ਤੇ ਇੱਕ ਬਲਦਾਂ ਦੀ ਜੋੜੀ ਤੇ ਇੱਕ ਮੱਝ ਜੀ, ਤੇ ਇਹ ਰਕਬਾ ਸੀਗਾ ਫਿਰੋਜ਼ਪੁਰੋਂ ਪਰੇ ਨੂੰ, ਜਿਹਨੂੰ ਕਸੂਰ ਤੋਂ ਦੁਪਹਿਰਾਂ ਨੂੰ ਜਾ ਕੇ ਮਿਲ ਜੀ ਮਿੰਟ ਘੁੰਮਰੀ, ਸਾਡਾ ਰਕਬਾ ਵੀ ਜਿਹੜਾ ਉਹ ਮਿੰਟ ਘੁੰਮਰੀ ਚੱਲ ਜਾਂਦਾ ਹੈ ਜੀ ਜੀ ਜੀ। ਇੱਕ ਮਿੰਟ ਅੰਜਾਨ ਸਾਹਿਬ ਸੁੱਖਾ, ਆਡੀਓ ਚੈੱਕ ਕਰੋ, ਆਡੀਓ ਅੰਜਾਨ ਸਾਹਿਬ ਦੀ ਘੱਟ ਜਾ ਰਹੀ, ਆਡੀਓ ਚੈੱਕ ਕਰੋ ਉਧਰੋਂ। ਹਾਂਜੀ ਅੰਜਾਨ ਸਾਹਿਬ ਜੀ, ਤੇ ਨਾਲ ਉਹਨਾਂ ਦਾ ਇਹ ਉਪਦੇਸ਼ ਸੀਗਾ ਵੀ ਜੀ ਅਸੀਂ ਇਹ ਜਿੱਦਾਂ ਵੀ ਇੱਕ ਮੁਰੱਬਾ ਦਿਆਂਗੇ ਜੋੜੇ ਨੂੰ ਜੀ, ਸਾਲ ਦਾ ਖਰਚਾ ਮੱਝ ਤੇ ਜੋੜੀ ਦਿਆਂਗੇ ਜੀ, ਤੇ ਜੇ ਦੂਸਰੀ ਗੱਲ ਵੀ ਜੇ ਇਸ ਬੱਚੇ ਕੋਲ ਜ਼ਿੰਦਗੀ 'ਚ ਗਾਂ 12 ਬੱਚੇ ਹੋ ਜਾਣ ਤੇ ਇੱਕ ਮੁਰੱਬਾ ਹੋਰ ਫ੍ਰੀ ਦਿਆਂਗੇ। ਅੱਛਾ ਜੀ। ਇਸ ਕਰਕੇ ਜਦੋਂ ਇਹ 160 ਐਪਲੀਕੇਸ਼ਨਾਂ ਪਹਿਲੇ ਪੋਰਸ਼ਨ 'ਚ ਗਈਆਂ ਸਰਕਾਰ ਕੋਲ। ਅੱਛਾ ਜੀ। ਤੇ ਜਦੋਂ ਅੰਮ੍ਰਿਤਸਰੋਂ ਜਿੱਦਣ ਚੱਲਣ ਲੱਗੀਆਂ ਤੇ ਉਹ 60-80 ਰਹਿ ਗਈਆਂ ਤੇ 80 ਕੱਟੀਆਂ ਗਈਆਂ, ਉਹ ਕਹਿੰਦੇ ਵੀ ਉੱਧਰ ਜੰਗਲ 'ਚ ਜਾ ਕੇ ਮਰਨਾ, ਕੀ ਪਤਾ ਬਚਣਾ ਕਿ ਨਹੀਂ। ਅੱਛਾ ਜੀ। ਹਾਂਜੀ ਜੀ, ਇੱਦਾਂ ਪਹਿਲਾਂ 80 ਪਰਿਵਾਰ ਗਏ ਆਪਣੇ ਉੱਧਰ। ਅੱਛਾ ਜੀ, ਠੀਕ ਹੈ ਜੀ। ਤੇ ਉਹ ਜੰਗਲ ਸੀ ਵੀ ਬੜਾ ਇੱਦਾਂ ਉੱਥੇ, ਤੇ ਇਹ ਵੀ ਇੱਕ ਵਾਰੀ ਉੱਥੇ ਆਪਣੀ ਜ਼ਮੀਨ 'ਚ ਆਪਣੇ ਖੂਹ ਲਾਇਆ ਹੋਇਆ ਸੀ ਤੇ ਖੂਹ 'ਤੇ ਬੈਠੇ, ਉਦੋਂ 8 ਸਾਲ ਦੀ ਉਮਰ ਸੀ। ਅੱਛਾ ਜੀ। ਤੇ ਪਿਤਾ ਜੀ ਉਹਨਾਂ ਦੀ ਇੱਕ ਗੱਲ ਮੈਨੂੰ ਉਹਨਾਂ ਦੀ ਅਜੀਬ ਬੜੀ ਵਧੇ, ਉਹ ਕਹਿੰਦਾ ਕਾਕਾ ਜਿੱਥੇ ਆਪਾਂ ਬੈਠੇ ਨਾ ਇਹ ਇੱਦਾਂ ਦਾ ਨਹੀਂ ਸੀਗਾ। ਅੱਛਾ ਜੀ। ਇੱਥੇ ਇੰਨਾ ਜੰਗਲ ਸੀਗੇ ਵੀ ਇੱਥੋਂ ਤੱਕ ਜਿੱਥੋਂ ਘਰੋਂ ਨਿਸ਼ਾਨੀਆਂ ਬੰਨ ਕੇ ਆਉਣਾ ਪੈਂਦਾ, ਇਹਨੇ ਉੱਦਾਂ ਲੱਭਦਾ ਨਹੀਂ ਸੀ ਹੁੰਦਾ। ਠੀਕ ਹੈ ਜੀ। ਇੰਨਾ ਜੰਗਲ ਸੀਗਾ ਤੇ ਇਹਦੇ ਸਾਰੇ ਪੱਟਣ ਨੂੰ ਜਦੋਂ ਕਹਿੰਦੇ ਪੱਟਦੇ ਹੁੰਦੇ ਸੀ ਨਾ ਜੀ, ਤੇ ਜਦੋਂ ਮੁੱਢ ਕੱਢਦੇ ਹੁੰਦੇ ਸੀ ਉਦੋਂ ਕਈ ਵਾਰੀ ਮੁੱਢ ਨਹੀਂ ਨਿਕਲਦੇ ਹੁੰਦੇ, ਦੋ ਬੰਦੇ ਤਿੰਨ ਖਿੱਚ ਕੇ ਤੇ ਇਸੋ ਤੁਲਾ ਲਾ ਕੇ ਤਾਂ ਕੱਢਦੇ ਹੁੰਦੇ ਸੀ। ਅੱਛਾ ਜੀ। ਤੇ
ਉੱਥੇ ਫਿਰ ਜਿੱਥੇ ਇਹ ਬੰਦਿਆਂ ਦੀ ਘਾਟ ਹੁੰਦੀ ਸੀ ਕਹਿੰਦੇ ਇੱਥੇ ਇੱਕ ਪਿੰਡ ਉਦੋਂ ਬੀਬੀ ਸੀ ਉਹਦਾ ਨਾਂ ਸੀ ਲਾਜੋ। ਲਾਜੋ ਜੀ ਠੀਕ ਹੈ। ਉਹ ਫਿਰ ਉਹਨੂੰ ਸੱਦ ਕੇ ਲਿਜਾਂਦੇ ਸੀ, ਉਨੀ ਬਰਕਤ ਵਾਲੀ ਸੀ ਵੀ ਉਹ ਕਹਿੰਦੇ ਲੱਕ ਨੂੰ ਰੱਸਾ ਬੰਨ ਕੇ ਤੇ ਪੈਰ ਉਦੋਂ ਕਹਿੰਦੇ ਹਾਈਡਰੋ ਸੰਭਾਲੀ ਰੱਖਿਆ ਤੇ ਮਾੜਾ ਮਾੜਾ ਚੱਕੀ ਚੱਲੋ। ਅੱਛਾ ਜੀ। ਤੇ ਉਹ ਬੀਬੀ ਲੱਕ ਨਾਲ ਖਿੱਚ ਕੇ ਤੇ ਮੁੱਢ ਖੜਾ ਦਿੰਦੀ ਸੀ ਬਾਹਰ, ਇੰਨੀ ਉਹ ਬਰਕਤ ਵਾਲੀ ਬੀਬੀ ਸੀ। ਅੱਛਾ ਜੀ। ਬਈ ਇਹ ਰਕਬਾ ਕਹਿੰਦੇ ਏਦਾਂ ਦਾ ਸੀਗਾ, ਅੱਜ ਨੀ ਏਦਾਂ ਦਾ। ਅੱਛਾ ਜੀ। ਜੀ ਤੇ ਉਹਦੇ ਵਿੱਚ ਆਉਂਦਾ ਸੀ ਕਹਿੰਦੇ ਸੀ ਉਦੋਂ ਲੋਕ ਹਜ਼ਾਰਾਂ ਜੀ, ਜੇਕਰ ਬੱਚੇ ਹੋ ਜਾਣ 12, ਜਿਹੜਾ ਜ਼ਿਆਦਾ ਉਦੋਂ ਬੱਚਿਆਂ ਦੀ ਸੀ। ਹੁਣ ਪੜ੍ਹੀ ਸ਼ਰਾਣੀ ਲਿਆ ਕੇ ਲੱਗਦਾ ਵੀ ਉਹਨੇ ਉਦੋਂ ਕਮਲੇ ਕਮਲੇ ਨਹੀਂ ਸੀ ਜੀ ਜੀ ਜੀ, ਉਹ ਕਮਾਊ ਬੜੇ ਸੀ, ਜੁਰਮਾਨੇ ਬੜੇ ਸੀ ਤੇ ਉਹਨਾਂ ਨੂੰ ਇੱਕੋ ਹੀ ਜ਼ਮੀਨ ਬਣ ਜਾਏ ਤੇ ਬੱਚੇ ਪਲ ਜਾਣ। ਹਾਂਜੀ ਹਾਂਜੀ ਹਾਂਜੀ। ਤੇ ਬੱਚਿਆਂ ਦੀ ਰੋਕਥਾਮ ਨਹੀਂ ਸੀ, ਇਸ ਕਰਕੇ ਸਰਕਾਰ ਦਾ ਵੀ ਐਲਾਨ ਸੀ ਤੇ ਆਪ ਦਾ ਵੀ। ਅੱਛਾ ਜੀ। ਕਹਿੰਦੇ ਸੀ ਉਦੋਂ ਲੋਕ ਹਜ਼ਾਰਾਂ, ਜੇਕਰ ਬੱਚੇ ਹੋ ਜਾਣ 12, ਮੁਰੱਬਾ ਦੇ ਹੋਰ ਦੇ ਦੇਣ ਸਰਕਾਰਾਂ, ਤੇ ਅੱਜ ਹੋ ਗਈਆਂ ਬਦਲ ਵਿਚਾਰਾਂ ਜੀ। ਉਹ ਸਰਕਾਰ ਬਦਲ ਗਈ, ਕਾਨੂੰਨ ਬਦਲ ਗਏ ਜੀ, ਤੂੰ ਵੀ ਬਦਲ ਖਲੋ ਜੀ, ਤੇ ਜ਼ਿੰਦਗੀ ਫੁੱਲ ਝੜੀਆਂ ਵਾਂਗ ਚਮਕੂ ਜੇ ਹੋਣ ਦੋਵਾਂ ਦੇ ਦੋ ਜੀ ਜੀ ਜੀ। ਆਪਣੇ ਮਗਰ ਇੱਥੇ ਆਣ ਕੇ ਮੁੜ ਕੇ ਚੰਗੀ ਤਰ੍ਹਾਂ ਚੱਲ ਪਏ, ਇੱਥੇ ਆਪਣੇ ਪੰਜਾਬ 'ਚ ਵੀ ਸੀਗਾ ਜੀ ਦੋਵਾਂ ਦੇ ਦੋ ਹੀ ਹੋਣ, ਦੋ ਹੀ ਕਾਫੀ, ਹੋਰ ਤੋਂ ਮਾਫੀ, ਇਹ ਸਾਰਾ ਕੁਛ ਹਾਂਜੀ ਨਾਰੇ ਵੀ ਸੀਗੇ। ਇਸ ਨੂੰ ਅਗਲੇ ਸਵਾਲ 'ਚ ਇਹ ਲਿਖਿਆ ਵੀ ਦੋ ਨੂੰ ਮਿਲ ਜਾਣ ਦੋ ਗਵਾਚੇ, ਉਹ ਲੱਭ ਲੈਣਗੇ ਜੋ ਗਵਾਚੇ ਜੀ। ਸ਼ਾਦੀ ਵੇਲੇ ਦੋ ਹੀ ਆ ਉਦੋਂ ਕੋਲ ਨੇ, ਨਵੇਂ ਦਾਤੇ ਨੇ ਬਰਕਤ ਦੇਣੀ ਜੀ ਜੀ ਜੀ। ਦੋ ਨੂੰ ਮਿਲ ਜਾਣ ਦੋ ਗਵਾਚੇ, ਉਹ ਲੱਭ ਲੈਣਗੇ ਜੋ ਗਵਾਚੇ ਜੀ। ਫੇਰ ਆਪਸ ਵਿੱਚ ਨਾ ਮੋਹ ਗਵਾਚੇ ਤੇ ਨਾ ਜੋੜੇ ਦੀ ਸ਼ੋਕ ਗਵਾਚੇ ਜੀ ਜੀ। ਜੋੜੇ ਨੂੰ ਵੀ ਕੁਛ ਹੁੰਦਾ ਕਾਇਮ ਰਹਿੰਦਾ ਜੀ, ਉਹ ਲੱਭ ਲੈਣਗੇ ਜੋ ਗਵਾਚੇ ਆਪਸ ਵਿੱਚ ਨਾ ਮੋਹ ਗਵਾਚੇ ਤੇ ਨਾ ਜੋੜੇ ਦੀ ਸ਼ੋਕ ਗਵਾਚੇ ਜੀ। ਜੋੜਾ ਜੋੜੇ ਨੂੰ ਵੇਖ ਕੇ ਹੱਸੇ, ਅਣਜਾਣ ਜਾਏ ਖੁਸ਼ ਹੋ, ਇਸ ਜੀਵਨ ਨੂੰ ਦੁਨੀਆ ਹੀ ਝੂਲੇ, ਜੇ ਹੋਣ ਦੋਵਾਂ ਦੇ ਦੋ ਤੇ ਦੂਣੀ ਰਹਿੰਦੀ ਸੋ ਜੀ। ਬਿਲਕੁਲ ਬਿਲਕੁਲ। ਫਿਰ ਉੱਥੋਂ ਆ ਕੇ ਫੇਕੜਾ ਆਪਾਂ ਕੋਲ ਕੇ ਜਲਦੀ ਗਾਂ ਹੀ ਚੱਲੋ, ਗਾਂ ਹੀ ਚੱਲੋ ਜੀ ਜੀ। ਉੱਥੋਂ ਫਿਰ ਆਪਾਂ ਹੁਣ ਇੰਗਲੈਂਡ, ਕਨੇਡਾ, ਅਮਰੀਕਾ ਚ ਪਸਾਰੇ ਕੀਤੇ ਜੀ, ਪਰ ਇੱਥੇ ਕੌਂਪਣੀ ਨੀ ਲੱਗਦੀ ਸਾਡੇ ਵਰਗੇ ਬਾਬਿਆਂ ਨੂੰ, ਇਹ ਬੜੀ ਗੱਲ ਔਖੀ ਆ ਜੀ ਜੀ ਜੀ। ਦੇਸੋਂ ਚੁੱਕ ਕੇ ਸਿੱਧਾ ਲੈ ਆਉਂਦਾ ਜਹਾਜ਼ ਇੱਥੇ ਜੀ, ਦੇਸੋਂ ਚੁੱਕ ਕੇ ਸਿੱਧਾ ਲੈ ਆਉਂਦਾ ਜਹਾਜ਼ ਇੱਥੇ, ਫਿਰ ਲੱਭਦੀ ਨਹੀਂ ਪੰਜਾਬੀ ਮਜਾਜ ਇੱਥੇ ਜੀ, ਤੇ ਮੇਰੇ ਜੇ ਵਿਹਲੜਾਂ ਦੀ ਲੈ ਜਾਂਦੀ ਖਾਜ ਇੱਥੇ, ਇਹ ਦੇਸ਼ ਬਗਾਨਾ ਏ ਜੱਗੀ ਜੀ, ਬਾਪੂ ਦਾ ਨੀ ਰਾਜ ਇੱਥੇ, ਬਾਪੂ ਦਾ ਨੀ ਰਾਜ ਇੱਥੇ, ਇਹ ਦੇਸ਼ ਬਗਾਨਾ ਏ ਬਾਪੂ ਦਾ ਨੀ ਰਾਜ ਇੱਥੇ, ਸੰਗਤਾਂ ਏਦਾਂ ਹੀ ਚੱਲਦੀਆਂ ਤੇ ਚੜ੍ਹਦੀਆਂ ਰਹਿਣ, ਮੌਜਾਂ ਕਰੋ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਵੈਸੇ ਕਮਾਲ ਦੀਆਂ ਗੱਲਾਂ ਅਣਜਾਣ ਸਾਹਿਬ ਦੀਆਂ ਅੱਜ, ਅਗਰ ਅਸੀਂ ਧਾਰਮਿਕ ਗੱਲਾਂ ਦੀ ਗੱਲ ਕਰੀਏ ਜਾਂ ਮਿਥਿਹਾਸ ਦੀ ਗੱਲ ਕਰੀਏ, ਇਤਿਹਾਸ ਦੀ ਗੱਲ ਕਰੀਏ, ਤਾਂ ਉਹ ਵੀ ਕਮਾਲ ਦਾ ਹੁੰਦਾ, ਅਤੇ ਅੱਜ ਅਗਰ ਸਮਾਜਿਕ ਗੱਲਾਂ ਕੀਤੀਆਂ ਉਹ ਵੀ ਕਮਾਲ ਦੀਆਂ ਸੀ। ਵਾਕਈ ਪਹਿਲਾਂ ਲਗਭਗ ਇੱਕ ਘਰ ਦੇ ਵਿੱਚ 12-12 ਨਿਆਣੇ ਹੁੰਦੇ ਸੀਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਅੱਜ ਕੱਲ੍ਹ ਤਾਂ ਪਹਿਲਾਂ ਮਤਲਬ ਫਿਰ ਨਾਰਾ ਆ ਗਿਆ ਵੀ ਬੱਚੇ ਦੋ ਹੀ ਅੱਛੇ, ਦੋ ਹੀ ਕਾਫੀ, ਹੋਰ ਤੋਂ ਮਾਫੀ, ਹਮ ਦੋ ਹਮਾਰੇ ਦੋ, ਫਿਰ ਆ ਗਿਆ ਹਮ ਦੋ ਹਮਾਰਾ ਏਕ, ਫਿਰ ਆ ਗਿਆ ਵਾਜਪਾਈ ਸਾਹਿਬ ਵੇਲੇ ਹਮ ਏਕ ਹਮਾਰਾ ਕੋਈ ਨਹੀਂ, ਅਤੇ ਲਾਲੂ ਪ੍ਰਸ਼ਾਦ ਯਾਦਵ ਨੇ ਨਾਰਾ ਫਿਰ ਲਾ ਵੀ ਹਮ ਦੋ ਤਾਂ ਹਮਾਰੇ ਨੌਂ, ਇੱਦਾਂ ਨਾਰੇ ਵੱਖ ਵੱਖ ਫਟਾਫਟ ਬਦਲੀ ਗਏ, ਚੇਂਜ ਹੋਈ ਗਏ। ਪਰ ਪਹਿਲਾਂ ਜਿਹੜਾ ਇਹ ਸੀ ਨਾਰਾ ਜਦੋਂ ਇਹਨਾਂ ਨੇ ਗੱਲ ਕੀਤੀ ਅਣਜਾਣ ਸਾਹਿਬ ਨੇ, ਉਹ ਇਹ ਸੀ ਵੀ ਦੋ ਤਾਂ ਘੱਟ ਹੋਰ ਫਟਾਫਟ। ਚਲੋ ਇਹ ਗੱਲਾਂ ਪਤਾ ਤੁਹਾਡੇ ਨਾਲ ਚੱਲਦੀਆਂ ਰਹਿਣੀਆਂ। ਅੱਜ ਦਾ ਪ੍ਰੋਗਰਾਮ ਜਿਹੜਾ ਲਾਈਵ ਚੱਲ ਰਿਹਾ, ਕਾਲ ਤੁਸੀਂ ਕਰ ਸਕਦੇ ਹੋ। ਅਣਜਾਣ ਸਾਹਿਬ ਨਾਲ ਜਦੋਂ ਗੱਲਬਾਤ ਚੱਲ ਰਹੀ ਸੀ, ਬਹੁਤ ਸਾਰੀਆਂ ਕਾਲਾਂ ਵਿੱਚ ਆ ਰਹੀਆਂ ਸੀ, ਪਰ ਮੈਂ ਉਹਨਾਂ ਨੂੰ ਹੋਲਡ ਕਰਕੇ ਤੁਹਾਡੀ ਕਾਲ ਲੈਣਾ ਜਾਂ ਹੋਲਡ ਕਰਨਾ ਮੁਨਾਸਬ ਨਹੀਂ ਸਮਝਿਆ।
ਹੁਣ ਬ੍ਰੇਕ ਦੇ ਵਿੱਚ ਤੁਸੀਂ ਆਪਣੀਆਂ ਕਾਲਾਂ ਕਰ ਸਕਦੇ ਹੋ, ਮੈਂ ਬ੍ਰੇਕ ਦੇ ਵਿੱਚ ਕਾਲਾਂ ਹੋਲਡ ਕਰ ਲੂੰਗਾ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਕੋਸ਼ਿਸ਼ ਇਹੀ ਕਰਾਂਗੇ ਵੀ ਇੱਕ ਸ਼ੱਕ ਅਤੇ ਵਹਿਮ ਨੇ ਬੜੇ ਘਰ ਪੱਟੇ ਨੇ, ਬੜੇ ਘਰ ਉਜਾੜੇ ਨੇ, ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਉਹ ਵੀ ਲੈ ਲਈਆਂ ਨੇ। ਅਗਰ ਅਸੀਂ ਦੂਜਾ ਪੱਖ ਦੇਖੀਏ ਤਾਂ ਸ਼ੱਕ ਅਤੇ ਵਹਿਮ ਨੇ ਬਹੁਤ ਘਰ ਉਜਾੜੇ, ਤੋਂ ਭਾਵ ਇਹ ਵੀ ਹੈਗਾ ਕਿ ਕਈ ਘਰਾਂ ਦੇ ਜੀਅ ਜਿਹੜੇ ਨੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਜਾਂ ਮਰ ਗਏ ਜਾਂ ਮਾਰ ਦਿੱਤੇ ਗਏ। ਇੱਥੋਂ ਤੱਕ ਨੌਬਤ ਆਈ ਸੀ। ਸ਼ੱਕ ਅਤੇ ਵਹਿਮ ਬਾਰੇ ਕੀ ਗੱਲਬਾਤ, ਕੀ ਵਿਚਾਰ ਨੇ ਤੁਹਾਡੇ, ਇਹਦੇ ਬਾਰੇ ਗੱਲਬਾਤ ਕਰਨਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੇ ਜਸ ਪੰਜਾਬ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਵੈਸੇ ਵਿਸ਼ਾ ਆਪਾਂ ਪਹਿਲਾਂ ਇਹ ਰੱਖਿਆ ਹੋਇਆ, ਪਰ ਅੱਜ ਮੈਂ ਫਿਰ ਵਿਸ਼ਾ ਇਹ ਰੱਖਿਆ ਕਿ ਸ਼ੱਕ ਅਤੇ ਵਹਿਮ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਇਹ ਤੋਂ ਕਿਵੇਂ ਬਚਣਾ ਚਾਹੀਦਾ, ਕੀ ਇਹਦਾ ਹੱਲ। ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਜੀ? ਮੈਂ ਅਵਤਾਰ ਸਿੰਘ ਬੋਲ ਰਿਹਾ ਯੂਬਾ ਸਿਟੀ ਤੋਂ ਜੀ। ਅਸੀਂ ਵੀ ਅੱਜ ਯੂਬਾ ਸਿਟੀ 'ਚ ਕਰ ਰਹੇ ਜੀ ਪ੍ਰੋਗਰਾਮ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਅਸੀਂ ਯੂਬਾ ਸਿਟੀ ਹੋਈ ਹਾਂ। ਅੱਜ ਦੇ ਮੁੱਦੇ ਦੇ ਵਿੱਚ ਸੀਗਾ ਨਾ ਪਹਿਲਾਂ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਕਾਲ ਕਰ ਸਕਦੇ ਹੋ? ਦੁਬਾਰਾ ਕਾਲ ਕਰ ਲਓ ਜੀ, ਆਵਾਜ਼ ਕੱਟਦੀ ਸੀਗੀ ਧਿਆਨ ਸ਼ਾਇਦ ਫੋਨ ਵਾਲ ਨਹੀਂ ਹੋਣਾ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸੁੰਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਜੀ ਕਿ ਅੱਜ ਦੇ ਵਿਚਾਰ, ਵੈਸੇ ਕੋਈ ਗੱਲਬਾਤ? ਸ਼ੱਕਾਂ ਤੇ ਵਹਿਮ ਜਿਹੜੇ ਨਾ ਖਾਮ ਖਾ ਵੀ ਪਾਲੇ ਹੁੰਦੇ ਆ। ਇੱਕ ਵਾਰੀ ਨਾ ਇੱਕ ਕਿਸੇ ਦੀ ਘਰ ਵਾਲੀ ਨੂੰ ਆਪਣੇ ਹਸਬੈਂਡ ਨਾਲ ਵਹਿਮ ਜਿਹਾ ਹੋ ਗਿਆ ਵੀ ਜੇ ਮੈਂ ਮਰਦੀ ਤਾਂ ਇਹ ਕਰੇ ਦੂਜਾ ਵਿਆਹ ਕਰਾ ਲਏਗਾ। ਹਾਂਜੀ, ਤੇ ਜੇ ਉਹਨੂੰ ਪੁੱਛੇ ਵੀ ਇਹ ਵਹਿਮ ਜਿਹੜਾ ਤੇਰਾ ਵੀ ਦੂਜਾ ਵਿਆਹ ਜੇ ਤੂੰ ਮਾਰੀ ਗਈ ਦੂਜਾ ਕਰਾ ਚਾਹੇ ਤੀਜਾ ਕਰਾ, ਤੈਨੂੰ ਕਿਹੜਾ ਉੱਥੇ ਪਤਾ ਲੱਗਣਾ? ਸਹੀ ਹੈ, ਬਿਲਕੁਲ ਸਹੀ। ਤੋ ਉਹਨੇ ਉਹਦਾ ਧਿਆਨ ਲੈਣ ਲਈ ਨਾ ਪੁੱਛਿਆ ਵੀ ਤੁਸੀਂ ਮੇਰੇ ਨਾਲ ਕਿੰਨਾ ਕੁ ਪਿਆਰ ਕਰਦੇ ਆ ਜੀ ਤੇ ਜੀ। ਹਾਂਜੀ, ਦੇਖਾਂ ਵੀ ਇਹ ਕਿੰਨਾ ਕੁ ਮੈਨੂੰ ਪਿਆਰ ਕਰਦਾ। ਤਾਂ ਕਹਿੰਦੀ ਵੀ ਜੇ ਮੈਂ ਮਰ ਗਈ ਤਾਂ ਫੇਰ ਤੁਸੀਂ ਮਗਰੋਂ ਕੀ ਕਰੋਗੇ? ਉਹਦਾ ਦਿਲ ਤੋੜਨ ਲਈ ਪੁੱਛਿਆ ਤਾਂ ਹਸਬੈਂਡ ਨੇ ਕਿਹਾ ਮੈਂ ਤੈਨੂੰ ਮਰ ਨਹੀਂ ਦੇਣਾ, ਮੈਂ ਮੰਦਰ ਜਾਊਂਗਾ, ਮਸਜਿਦ ਜਾਊਂਗਾ, ਗੁਰਦੁਆਰੇ ਜਾਊਂਗਾ, ਸਾਰੇ ਧਾਮਾਂ ਉੱਪਰ ਜਾਊਂਗਾ, ਧਰਮ ਰਾਜ ਨਾਲ ਵੀ ਲੜ ਪਾਊਂਗਾ, ਮੈਂ ਮਰ ਨਹੀਂ ਦੇਣਾ। ਪਰ ਉਹਦੀ ਆਵਾਜ਼ ਪਰਖਣ ਲੱਗੀ ਵੀ ਜੇ ਇੰਨਾ ਕੁਛ ਕਰਨ ਤੇ ਵੀ ਸਪੋਜ਼ ਕਰ ਲਓ ਮੈਂ ਮਰ ਗਈ ਇਹ ਕੀ ਕਰੋਗੇ? ਹਸਬੈਂਡ ਕਹਿਣ ਲੱਗਾ ਮੈਂ ਤੇਰਾ ਵਿਛੋੜਾ ਸਹਿ ਨਹੀਂ ਸਕਾਂਗਾ, ਮੈਂ ਤਾਂ ਪਾਗਲ ਹੋ ਜਾਵਾਂਗਾ, ਸਦਾਈ ਹੋ ਜਾਵਾਂਗਾ। ਇਹ ਸੁਣ ਕੇ ਪਤਨੀ ਨੇ ਸੁੱਖ ਦਾ ਲੰਬਾ ਸਾਰਾ ਸਾਹ ਲਿਆ ਤੇ ਮਨ ਦੇ ਅੰਦਰ ਹੀ ਅੰਦਰ ਖੁਸ਼ ਹੋ ਗਈ ਕਿ ਪਾਗਲ ਹੀ ਵਧੀਆ ਰਹੇਗਾ, ਚਲੋ ਘੱਟੋ ਘੱਟ ਦੂਜਾ ਵਿਆਹ ਕਰਨ ਦੀ ਨਹੀਂ ਸੋਚਿਆ। ਇਹ ਕਈ ਵਾਰੀ ਅਸੀਂ ਖਾਮ ਖਾ ਵੀ ਇੱਕ ਐਗਜ਼ਾਮਪਲ ਹੈ, ਉਹ ਸ਼ੱਕਾਂ ਪਾੜ ਲੈਂਦੇ ਹਾਂ। ਹੈਲੋ, ਹਾਂਜੀ ਹਾਂਜੀ ਹਾਂਜੀ। ਉਹ ਏਦਾਂ ਨਹੀਂ ਵੀ ਨਿੱਕੀ ਨਿੱਕੀ ਗੱਲ ਤੇ ਨਿਆਣੇ ਪੈਦਾ ਵੀ ਨਹੀਂ ਕੀਤੇ, ਉਹ ਸੋਚਣ ਲੱਗ ਜਾਂਦੇ ਆ ਨਹੀਂ ਸੰਦਰ ਯਾਰ ਵਿਆਹ ਹੋ ਗਿਆ ਨਿਆਣੇ ਹੋਣਗੇ ਜੇ ਸਾਨੂੰ ਛੱਡ ਕੇ ਚੱਲ ਗਏ ਵੇਖ ਕੀ ਅਸੀਂ ਕਰਾਂਗੇ, ਵਹਿਮ ਚ ਫਸੇ ਰਹਿੰਦੇ ਸੰਦਰ ਸਾਹਿਬ ਨਿੱਕੇ ਉੱਤੇ ਮੈਨੂੰ। ਬਾਕੀ ਅਣਜਾਣ ਸਾਹਿਬ ਮੈਨੂੰ ਮਿਲੇ ਸਾਡੇ ਸ਼ਹਿਰ ਆਏ ਸੀ, ਸਾਡੇ ਨਾ ਇੱਥੇ ਗੁਰਦੁਆਰਾ ਸਾਹਿਬ ਨਹੀਂ ਆ, ਹੁਣ ਜ਼ਮੀਨ ਮਿਲਦੀ ਆ, 20 ਫੈਮਿਲੀਆਂ ਸੀਗੀਆਂ ਨਹੀਂ ਅਫੋਰਡ ਕਰ ਸਕਦੇ ਸੀ, ਹੁਣ ਕੋਸ਼ਿਸ਼ ਕਰਕੇ ਤੇ ਜਗ੍ਹਾ ਮਿਲ ਗਈ ਆ, ਇੱਕ ਸਾਲ ਦੇ ਵਿੱਚ ਬਣਾ ਲਾਂਗੇ 20 ਫੈਮਿਲੀਆਂ ਸਾਡੇ ਸ਼ਹਿਰ ਚ। ਜ਼ਰੂਰ ਜੀ, ਸਾਨੂੰ ਸਾਡੇ ਲਈ ਕੋਈ ਸੇਵਾ ਹੀ ਦੱਸਿਓ। ਮੈਂ ਤੁਹਾਡਾ ਜੋਕ ਅਣਜਾਣ ਸਾਹਿਬ ਆਏ ਸੀ, ਇਹਨਾਂ ਨੂੰ ਮਿਲ ਕੇ ਇੰਨਾ ਚੰਗਾ ਲੱਗਾ, ਮੈਂ ਅੱਖੀ ਦੇਖਿਆ ਇਹਨਾਂ ਨੂੰ, ਬਹੁਤ ਖੁਸ਼ ਹੋਇਆ, ਬਾਗੋ ਬਾਗ ਹੋ ਗਿਆ, ਬਹੁਤ ਸੁਭਾਅ ਇਹਨਾਂ ਦਾ ਚੰਗਾ। ਚਲੋ, ਬੜੇ ਇਹਨਾਂ ਦਾ ਪਾਗਲ ਹੋ ਜੂਗਾ, ਠੀਕ ਹੈ? ਇਹਦੂ ਅੱਗੇ ਸੀ ਉਹ ਕਹਿੰਦੀ ਅੱਛਾ ਵੈਰੀ ਗੁੱਡ, ਤੇ ਇਹਦਾ ਮਤਲਬ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਾਓਗੇ? ਤੇ ਉਹ ਕਹਿੰਦਾ ਵੀ ਪਾਗਲ ਬੰਦਾ ਕੁਛ ਵੀ ਕਰ ਸਕਦਾ, ਸਾਨੂੰ ਪਾਗਲ ਬੰਦਾ ਕੀ ਪਤਾ ਕੀ ਕਰੂ ਕੀ ਨਹੀਂ ਕਰੂ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਰਦਾਰ ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਜੀ? ਬਸ ਕਹਿਣਾ ਤੇ ਇਹੀ ਮੈਂ ਚਾਹੁੰਦਾ ਜੀ ਵੀ ਜਦੋਂ ਬੰਦੇ ਦਾ ਜਿਹੜਾ ਸੁਭਾਅ ਬਣ ਜਾਂਦਾ ਕਿੱਥੇ ਛੇਤੀ ਬਦਲ ਹੁੰਦਾ, ਜਿਹਦਾ ਸ਼ੱਕੀ ਸੁਭਾਅ ਹੋਵੇ ਊਂ ਤੇ ਸ਼ੱਕ ਕਰੀ ਜਾਣੇ ਠੀਕ ਨੇ ਜੀ, ਵਹਿਮੀ ਬਣ ਜਾਣ ਵਹਿਮ ਕਰੀ ਜਾਣਾ ਹੈ ਜੀ। ਜੀ ਗਿਆਨ ਸਿੰਘ ਜੀ, ਮਾੜਾ ਜਿਹਾ ਮੈਂ ਮਾਫੀ ਚਾਹੁੰਦਾ, ਮਾੜਾ ਜਿਹਾ ਹੋਲਡ ਕਰਦਾ ਫੋਨ ਤੁਹਾਡਾ, ਫਿਰ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਹਾਂਜੀ ਗਿਆਨ ਸਿੰਘ ਜੀ, ਸੋਰੀ। ਹਾਂਜੀ ਹਾਂਜੀ, ਵੈਸੇ ਤੁਹਾਡੀ ਗੱਲ ਸਹੀ ਆ, ਬਹੁਤ ਘਰ ਉੱਜੜ ਗਏ ਆ, ਬਹੁਤ ਘਰਾਂ 'ਚ ਖਰਾਬੀਆਂ ਹੋ ਗਈਆਂ, ਤਬਾਹੀਆਂ ਕਈ ਜਗ੍ਹਾ ਤੋਂ। ਚਲੋ, ਸੱਚੇ ਹੋਣਗੇ, ਜਨਾਨੀ ਵੀ ਸੱਚੀ ਹੋ ਸਕਦੀ, ਬੰਦਾ ਵੀ ਸੱਚਾ ਹੋ ਸਕਦਾ,
ਪਰ ਬਾਹਲੀ ਜਗ੍ਹਾ ਵਿੱਚੋਂ ਗੱਲ ਕੁਛ ਖੋਦਿਆ ਪਹਾੜ 'ਤੇ ਨਿਕਲਿਆ ਚੂਹਾ ਵਾਲੀ ਹੁੰਦੀ ਹੈ। ਮਤਲਬ ਸੋਚ ਅਸੀਂ ਵੈਸੇ ਤਾਂ ਪੱਛਮੀ ਹੋ ਗਏ ਹਾਂ ਪਰ ਇੱਧਰ ਸੋਚ ਨਹੀਂ ਬਦਲੀ ਸਾਡੀ। ਹਾਂਜੀ ਹਾਂਜੀ ਇਹ ਗੱਲ ਹੈ ਨਾ, ਸੋਚ ਆਪਾਂ ਕਿੱਦਾਂ ਕਿਸੇ ਦੀ ਬਦਲ ਸਕਦੇ, ਕਿਸੇ ਨੂੰ ਕੀ ਰਾਏ ਦੇ ਸਕਦੇ ਜੇ ਸੋਚ ਬਣ ਜਾਏ। ਹੁਣ ਆਪਾਂ ਤਾਂ ਆਪਣੇ ਹੀ ਦੱਸ ਸਕਦੇ ਹਾਂ ਵੀ ਅਸੀਂ ਇੰਨੇ ਸਾਲ ਕੱਢ ਲਏ ਆ, ਸਵਾਲ ਹੀ ਨਹੀਂ ਪੈਦਾ ਹੁੰਦਾ, ਨਾ ਅਸੀਂ ਵਹਿਮ ਕਰਦੇ, ਨਾ ਦੂਜੇ ਤੇ ਸ਼ੱਕ ਕਰਦੇ ਹਾਂ, ਬੜੀ ਸੋਹਣੀ ਜ਼ਿੰਦਗੀ ਲੰਘ ਗਈ ਆ ਹਨਾ। ਤੇ ਇਸ ਕਰਕੇ ਇਹ ਤਾਂ ਪਰਮਾਤਮਾ ਸੋਝੀ ਬਖਸ਼ੇ ਤੇ ਸੋਝੀ ਆਉਂਦੀ ਆ, ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਤੇ ਫਟਾਫਟ ਕਾਲਾਂ ਵਾਲਾ ਸਿਲਸਿਲਾ ਸ਼ੁਰੂ ਕਰਦੇ ਹਾਂ ਫਿਰ ਦੁਬਾਰਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ, ਠੀਕ ਠਾਕ ਜੀ? ਬਹੁਤ ਵਧੀਆ ਜੀ। ਵਾਹ ਜੀ। ਤੁਸੀਂ ਹਾਂਜੀ, ਸ਼ੱਕ ਤੇ ਵਹਿਮ ਦਾ ਇਲਾਜ ਤੇ ਲੁਕਮੇ ਹਕੀਮ ਕੋਲ ਵੀ ਨਹੀਂ ਸੀ ਹੈਗਾ। ਅੱਛਾ ਜੀ। ਤੇ ਅਮਿਤਾਭ ਬੱਚਨ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਜੀ ਆਇਸ ਬਈ ਤੁਸੀਂ ਆਪਣਾ ਦਿਨ ਜੇ ਸੁਖੀ ਰਹਿਣਾ ਨਾ ਤੇ ਸ਼ੁਰੂ ਕਰੋ ਆਈ ਐਮ ਸੌਰੀ ਤੇ ਆਈ ਐਮ ਸੌਰੀ, ਰੋਟੇ ਵੇਲੇ ਵੀ ਆਈ ਐਮ ਸੌਰੀ ਤੇ ਰਾਤ ਵੇਲੇ ਵੀ ਆਈ ਐਮ ਸੌਰੀ। ਤੁਸੀਂ ਹੋਰ ਜਲਵੇ ਤੁਸੀਂ ਹੋਰ ਰਾਸਤੇ ਉਹ ਕਹਿ ਦਿਓ ਜੀ, ਕੋਈ ਥੋੜਾ ਜਿਹਾ ਪਾਗਲਪਨ ਵੀ ਕਹਿ ਦਿਓ, ਔਰ ਉਹ ਪਾਗਲਪਨ ਚ ਕਹਿੰਦੇ ਵੀ ਪਾਗਲਪਨ ਦਾ ਤੇ ਕੁਝ ਵੀ ਕਰ ਸਕਦਾ। ਹਾਂਜੀ ਹਾਂਜੀ ਚਲੋ ਜੀ, ਬਹੁਤ ਮਿਹਰਬਾਨੀ। ਅਖੀਰਲੀ ਗੱਲ ਉਹ ਕਹਿੰਦਾ ਜੀ, ਅਖੀਰਲੀ ਗੱਲ ਕਹਿ ਕੇ ਮੈਂ ਇਜਾਜ਼ਤ ਦਿਓ, ਕਹਿੰਦਾ ਚਲਤੀ ਚੱਕੀ ਦੇਖ ਕੇ ਦਿਆ ਕਬੀਰਾ ਰੋਏ ਜੀ, ਦੋ ਪਾਟਣ ਕੇ ਬੀਚ ਮੇ ਸਾਬਤ ਬੱਚਾ ਕੁਨਾ ਬੰਦਾ ਕੋਈ ਮੈਂ ਕਹਾਂਗਾ ਜੀ ਜੀ। ਉਹ ਕੀ ਹੈਗਾ ਜੇ ਬੰਦਾ ਜਿਹੜਾ ਦੋ ਪਾਟ ਆਇਆ ਸੋਗੇ, ਜਿਹੜਾ ਹੈਗਾ ਇੱਕ ਧਰਮ ਪਤਨੀ ਤੇ ਦੂਜੀ ਜਿਹੜੀ ਹੈਗੀ ਹੈ ਪਾਠ ਜਾਂ ਮਾਂ ਤੇ ਜਾਂ ਸੱਸ ਜੀ ਜੀ, ਵਾਹਿਗੁਰੂ ਜੀ ਉਹਦਾ ਪਤਾ ਕਰੇ ਤੇ ਹੋ ਸਕਦਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਜਗਵੀਰ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ ਸੁਰਿੰਦਰ ਸਿੰਘ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ। ਕਿਰਪਾ ਹੋਰ ਵਾਹਿਗੁਰੂ ਪਰਮਾਤਮਾ ਜੀ, ਅੱਜ ਮਹਿਮਾ ਭਰਮਾ ਦਾ ਕਰਿਆ ਤਾਂ ਜੀ ਸ਼ੱਕ ਸ਼ੱਕ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਆ, ਜਦੋਂ ਸ਼ੱਕ ਹੋ ਜਾਂਦੀ ਆ ਤਾਂ ਫਿਰ ਹੁਣ ਇਹਨਾਂ ਨੂੰ ਛੱਕੇ ਹੋ ਗਏ, ਫਿਰ ਅਸੀਂ ਸਾਰਾ ਮੁਸਲਮਾਨ ਹੀ ਕਰ ਲੈਣਾ, ਛੱਕ ਕੇ ਬੰਦੇ ਵੱਡ ਵੱਡ ਸਿੱਟੀ ਜਾਂਦੇ ਆ। ਵਹਿਮ ਹੈ, ਇਹ ਵਹਿਮ ਹੋ ਰਿਹਾ ਇਹਨਾਂ ਦੀ, ਵਹਿਮ ਹੀ ਆਹੋ, ਵਹਿਮ ਹੀ ਰੱਖ ਲਓ, ਛੱਕ ਰੱਖ ਲਓ, ਛੱਕ ਤਾਂ ਬਹੁਤ ਮਾੜੀ ਹੁੰਦੀ ਆ ਜੀ, ਛੱਕ ਕਈ ਘਰ ਜਾਲ ਕੇ ਰੱਖ ਦਿੰਦੀ ਆ, ਛੱਕ ਤਾਂ ਉੱਦਾਂ ਪੈ ਜਾਊ, ਕੋਈ ਦੋ ਸ਼ੇਰ ਲੜਦੇ ਨਾ ਸੀ, ਉਹ ਬਾਂਦਰ ਕਹਿੰਦਾ ਮੈਂ ਲੜਾਉਣਾ, ਕਹਿੰਦਾ ਕਿੱਦਾਂ? ਅੱਛਾ ਜੀ। ਇੱਕ ਨੂੰ ਕੁੜੇ ਨੂੰ ਲਗਿਆ, ਕਹਿੰਦਾ ਕਿੱਦਾਂ ਹਾਲ ਚਾਲ, ਕਹਿੰਦਾ ਠੀਕ ਆ, ਦੂਏ ਨੂੰ ਕਿੱਦਾਂ ਹਾਲ ਚਾਲ, ਠੀਕ ਆ, ਉਹ ਮਗਰੋਂ ਚਲੇ ਗਿਆ ਉਹ ਸ਼ੇਰ, ਉਹ ਕਹੇ ਤੂੰ ਦੱਸ ਤੈਨੂੰ ਕੀ, ਉਹ ਕਹੇ ਤੂੰ ਦੱਸ, ਉਹ ਕਹਿੰਦਾ ਆਹ ਕਹਿ ਗਿਆ, ਲੜ ਲੜ ਮਰ ਗਿਆ, ਲਹੂ ਲਾਣ ਹੋ ਗਿਆ ਵਿਚਾਰੇ। ਇਹੀ ਆ ਨਾ ਜੀ, ਇੱਕ ਇਹ ਨਹੀਂ ਆਪਣੇ ਅਸੀਂ ਅਗਰ ਗੱਲ ਕਰੀਏ ਨਾ ਜੀ, ਅਸੀਂ ਰਿਸ਼ਤਿਆਂ ਦੀ ਜੇ ਗੱਲ ਕਰੀਏ, ਰਿਸ਼ਤਿਆਂ ਦੀ ਖਾਸ ਤੌਰ 'ਤੇ ਪਤੀ ਪਤਨੀ ਦੇ ਰਿਸ਼ਤੇ ਦੀ, ਉਹਦੇ 'ਚ ਇੱਕ ਬਹੁਤ ਵੱਡੀ ਬਿਮਾਰੀ ਜਿਹੜੀ ਹੈ ਇਹ ਫੈਲ ਚੁੱਕੀ ਅੱਜ ਦੀ ਡੇਟ 'ਚ, ਜਦਕਿ ਅਸੀਂ ਆਪਣੇ ਆਪ ਨੂੰ ਬਹੁਤ ਐਡਵਾਂਸ ਗਿਣਦੇ ਹਾਂ। ਨਹੀਂ ਜੀ, ਐਡਵਾਂਸ ਕਿੱਥੇ, ਤੋਂ ਉਦੋਂ ਵੀ ਪਿੱਛੇ ਚੱਲ ਗਏ ਹਾਂ ਜੀ। ਹਾਂਜੀ, ਕਹਿੰਦਾ ਕੁਝ ਦੀਵੇ ਜਾਂ ਅੱਖਰ ਰੂਪ 'ਚ ਬਣਦੇ ਆ ਸੁਭਾਵਤ, ਜੀਵਨ ਪੈਰ ਦਾ ਸੁਚਮ ਬਣਦਾ ਇਸ ਦਾ ਇਲਮ ਵਾਦਤ ਜੀ, ਕੁਝ ਦੀਵੇ ਐਵੇਂ ਬਲੇਰੀ ਡੰਗ ਕੇ ਬਾਹਰੋਂ ਦੁੱਧੀਆ ਹੋਈਏ, ਪਰ ਕੂੜ ਕਪਟ ਕਮੀਨਗੀ ਦੀ ਅੰਦਰ ਕਾਲ ਘਟੋਈਏ, ਇੱਕ ਦੀਵੇ ਜਾਂ ਅੰਦਰ ਜਗ ਕੇ ਰੂਹ ਦੇ ਰੰਗ ਅਘੀੜੇ, ਤਾਂ ਬਦੀ ਬਦਨੀਚੀ ਤੇ ਬਦਨਾਮੀ ਬੰਦਗੀ ਸੰਗ ਅਖੀੜੇ, ਕੁਝ ਦੀਵੇ ਉਹਦੀ ਰਾਹੀਂ ਡੰਗੀਏ ਜੋ ਹਨੇਰਿਆਂ ਦੇ ਆਦੀ, ਬਨਾਹੀਆਂ ਦਾ ਪੈਰ ਸੁਕਮ ਕਰਨ ਸਫ਼ਰ ਸਮਾਧੀ, ਇੱਕ ਦੀਵਾ ਸੋਚ ਦਾ ਧਰੀਏ, ਇੱਕ ਦੀਵਾ ਸੋਚ ਦਾ ਧਰੀਏ ਜੋ ਸਰਬ ਸਕੂਨ ਤੋਂ ਆਤੀ, ਹੋਵੇ ਚਾਨਣ ਨਿੱਗ ਪਸਾਰਾ ਤੇ ਖੁੱਲ ਜਾਵੇ ਮਨ ਦੀ ਤਾਕੀ, ਹੋਵੇ ਸਵਰਾ ਤੇ ਖੁੱਲ ਜਾਵੇ ਮਨ ਦੀ ਤਾਕੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਦੀਦੀ ਸਾਹਿਬ। ਹਾਂਜੀ, ਪੈਰੀ ਪੈਣਾ ਜੀ, ਪੈਰੀ ਪੈਣਾ ਮਾਤਾ ਜੀ। ਕਿਉਂਦਾ ਵਾਦਾ ਰਾ ਚੜਦਿਆਂ ਗੱਲਾਂ ਕਰਾ, ਮੇਰਾ ਪੁੱਤ ਬਹੁਤ ਸੋਹਣਾ ਲੱਗਦਾ। ਵਾਹ ਜੀ ਵਾਹ, ਥੈਂਕ ਯੂ ਜੀ, ਥੈਂਕ ਯੂ। ਕਿੰਨੀ ਕੁ ਗੱਲ ਚਾਣ, ਜਦੋਂ ਆਏ ਨਾ ਉਹਦੇ ਕਮਰੇ ਚੋਂ ਹਰੀ ਕਿਹਦਿਆਂ ਚੋਂ, ਤੇ ਤੇਰਾ ਤਾਂ ਮੂੰਹ ਆਏ ਲੱਗੇ ਵੀ ਜਿਵੇਂ ਪਾਊਡਰ ਮਲਿਆ ਹੁੰਦਾ, ਬੱਲੇ ਬੱਲੇ ਵਿੱਚ ਚਾਜ ਪਾਊਡਰ ਮਲਿਆ ਹੁੰਦਾ ਕਿਵੇਂ? ਨਾ ਜੀ ਨਾ, ਪਾਊਡਰ ਕਿੱਥੇ, ਉਹਦੇ ਸ਼ਕਲ ਹੀ ਇਦਾਂ ਦੀ ਹੈ। ਮਤਲਬ ਕਿ ਜਦੋਂ ਮੈਂ ਆਈ ਇੱਥੇ ਆਪਦੇ ਮਿੰਟ ਤੇ ਬੈਠੀ ਕਿ ਤੇਰਾ ਮੂੰਹ ਲਾ ਲੂੰਦਾ, ਬਹੁਤ ਸੋਹਣਾ ਲੱਗਦਾ ਜੱਗੀ। ਅੱਛਾ ਵੀ ਹੁਣ ਤੂੰ ਗੱਲ ਕਰੀਏ ਛੱਕ ਤੇ, ਛੱਕ ਦੇ ਵਹਿਮ। ਹਾਂਜੀ
ਛਕਦਾ ਪੱਥਰਾਂ ਨੂੰ ਪਾਰ ਦਿੰਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਵਾਕੇ ਘਰ ਉਜਾੜ ਦਿੰਦੀ ਹੈ ਪੱਥਰਾਂ ਨੂੰ। ਬਾਈ ਮਤਿਆ ਉਹਨੂੰ ਕੋਈ ਪਤਾ ਹੀ ਨਹੀਂ ਹੁੰਦਾ ਬਾਈ ਮੈਂ ਕਿੱਥੇ ਜਾਣਾ ਬਾਈ, ਤੇ ਮੈਂ ਨਾ ਛਕ ਕਰਦੀ ਹੈ। ਇੱਕ ਵਾਰ ਤੈਨੂੰ ਗੱਲ ਦੱਸਦੀ ਹੈ, ਕਹਿੰਦੀ ਮੈਂ ਫੋਨ ਨਾ ਕਰਦੀ। ਨਹੀਂ ਨਹੀਂ ਨਹੀਂ, ਫੋਨ ਮੈਂ ਨਾ ਪੰਡਤ ਵਾਲਾ ਮੁੰਡਾ ਹੈ, ਤੇ ਮੈਂ ਗਈ ਭਾਈ ਨਿਹਾਲ ਸਿੰਘ ਵਾਲੀ, ਤੇ ਉਹ ਸੀਗਾ ਏਅਰਫੋਰਸ ਦੇ ਵਿੱਚ ਰਿਟਾਇਰਮੈਂਟ ਹੋ ਕੇ ਆ, ਤੇ ਮੈਨੂੰ ਕਹਿੰਦਾ ਕਿ ਭਾਬੀ ਕਦੋਂ ਆਈ ਸੀ। ਮੈਂ ਆਖਿਆ ਵੀ ਵੀ ਦੂਜਾ ਕੰਧਾਰੀ ਲਾਲ ਵੀ ਮੈਂ ਥੋੜੇ ਦਿਨ ਆਈ ਹੋਈ ਆ, ਤੇ ਫਿਰ ਮੈਨੂੰ ਕੀ ਲੱਗਿਆ, ਮੈਂ ਆਖਿਆ ਵੀ ਕਹਿਣਗੇ ਇੱਥੇ ਜੇ ਮੇਰੇ ਸਹੁਰਾ ਦਾ ਕੋਈ ਚੱਕਰ ਪੈ ਜਾ ਪੇਕੇ ਦਾ ਵੀ ਇਹ ਤੇਰੇ ਮੁੰਡੇ ਨਾਲ ਗੱਲਾਂ ਕਰੀ, ਤੇ ਫਿਰ ਵੀ ਮੈਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ, ਤੇ ਮੈਂ ਹਰ ਇੱਕ ਨਾਲ ਗੱਲ ਕਰ ਲੈਂਦਾ ਕਦੀ। ਠੀਕ ਹੈ, ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੁਣ ਸਮਾਂ ਹੋਰ ਅੱਗੇ ਆ ਗਿਆ ਨਹੀਂ ਦਿੰਦਾ, ਵੈਸੇ ਮੈਂ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਕਾਲਾਂ ਦਾ ਸਮਾਂ ਨਹੀਂ ਬਚਣਾ, ਇਹ ਗੱਲ ਤਾਂ ਤੈਅ ਆ। ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਇਲੈਕਸ਼ਨਾਂ ਜਿਹੜੀਆਂ 3 ਮਾਰਚ ਨੂੰ ਆ ਰਹੀਆਂ ਨੇ ਇੱਥੇ ਅਮੈਰੀਕਾ ਦੇ ਵਿੱਚ, ਬਹੁਤ ਬਹੁਤ ਤਰ੍ਹਾਂ ਦੀਆਂ, ਔਰ ਬਹੁਤ ਪੰਜਾਬੀ ਖੜ੍ਹੇ ਨੇ। ਮੈਂ ਚਾਹੁੰਦਾ ਕਿ ਤੁਸੀਂ ਵੀ ਪੰਜਾਬੀਆਂ ਨੂੰ ਸਪੋਰਟ ਕਰੋ। ਖਾਸ ਤੌਰ 'ਤੇ ਪਹਿਲੀ ਗੱਲ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਵੋਟ ਪਾਉਣ ਦੀ ਆਦਤ ਨਹੀਂ ਹੈ, ਸੋ ਪਹਿਲਾਂ ਤਾਂ ਵੋਟ ਪਾਓ ਜ਼ਰੂਰ। ਪਹਿਲੀ ਗੱਲ ਤਾਂ ਵੋਟ ਪਾਓ ਜ਼ਰੂਰ, ਦੂਜੀ ਗੱਲ ਇਹ ਹੈ ਕਿ ਕੋਸ਼ਿਸ਼ ਕਰੋ ਕਿ ਆਪਾਂ ਪੰਜਾਬੀ 'ਚ ਕੋਈ ਭੈਣ ਭਰਾ ਖੜਾ ਤਾਂ ਉਹਨਾਂ ਨੂੰ ਕਾਮਯਾਬ ਕਰੀਏ। ਫਿਲਹਾਲ ਬ੍ਰੇਕ ਲੈਂਦੇ ਹਾਂ, ਹਾਜ਼ਰ ਹੁੰਦੇ ਬ੍ਰੇਕ ਤੋਂ ਬਾਅਦ। ਉਹਦਾ ਸਮਾਂ ਤਕਰੀਬਨ ਖਤਮ ਹੋ ਚੁੱਕਾ ਹੈ, ਅਕਸਰ ਐਂ ਹੁੰਦਾ ਆਖਰੀ ਸੈਗਮੈਂਟ ਦੇ ਵਿੱਚ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62। ਕੋਈ ਵੀ ਗੱਲਬਾਤ ਕਰਨੀ ਉਹ ਕਰ ਸਕਦੇ ਹੋ। ਸਟੂਡੀਓ ਸਾਡਾ 6 ਮਾਰਚ ਨੂੰ ਗ੍ਰੈਂਡ ਓਪਨਿੰਗ ਹੈ ਲੈਥਰੋਪ ਦੇ ਵਿੱਚ, ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ, ਜ਼ਰੂਰ ਕਾਲ ਕਰੋ 209-450-33-62। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਪਾਣੀ, ਸਰਬੱਤ ਦਾ ਭਲਾ।